ਦੇਖ ਰਹੇ ਹੋ ਜਸ ਟੀਵੀ ਮੈਂ ਹਾਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਲੰਡਨ ਐਲਾਨਨਾਮਾ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਸ ਐਲਾਨਨਾਮੇ ਦੀ ਗੱਲ ਹੋ ਰਹੀ ਹੈ ਪਰ ਇਸਦਾ ਸੇਕ ਹੈ ਜਿਹੜਾ ਭਾਰਤ ਤੱਕ ਪਹੁੰਚਿਆ ਹੋਇਆ ਦਿੱਲੀ ਦੇ ਵਿੱਚ ਮੁਜ਼ਾਹਰੇ ਹੋ ਰਹੇ ਹੈ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਹੋਰ ਪੂਰੇ ਮੁਲਕ ਦੇ ਵਿੱਚ ਇਸ ਦੀ ਗੱਲ ਹੋ ਰਹੀ ਹੈ ਗੱਲ ਜੰਮੂ ਕਸ਼ਮੀਰ ਤੱਕ ਵੀ ਹੋ ਰਹੀ ਹੈ ਗੱਲ ਜੰਮੂ ਕਸ਼ਮੀਰ ਤੋਂ ਪਾਕਿਸਤਾਨ ਤੱਕ ਵੀ ਹੋ ਰਹੀ ਹੈ ਸਵਾਲ ਬਹੁਤ ਸਾਰੇ ਪੁੱਛੇ ਜਾ ਰਹੇ ਕਿ ਲੰਡਨ ਐਲਾਨਨਾਮੇ ਦਾ ਰੋਡ ਮੈਪ ਕੀ ਹੈ ਕਹਿੰਦਾ ਬਲੂ ਪ੍ਰਿੰਟ ਕੀ ਹੈਗਾ ਪਰ ਇਸ ਸਾਰੇ ਸਵਾਲਾਂ ਦੇ ਵਿਚਾਲੇ ਸਵਾਲ ਇਹ ਕੀਤਾ ਜਾ ਰਿਹਾ ਕਿ ਇਹ ਪਾਕਿਸਤਾਨ ਦੀ ਸਾਜਿਸ਼ ਹੈ ISI ਦੀ ਸਾਜਿਸ਼ ਹੈ ਅਤੇ ਇਸ 'ਤੇ ਸਿਆਸਤ ਤਾਂ ਪੂਰੀ ਤਰ੍ਹਾਂ ਪੱਕੀ ਹੋਈ ਹੈ UK ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ UK ਸਰਕਾਰ ਨਾਲ ਰਾਬਤਾ ਕੀਤਾ ਹੋਇਆ ਉਹਨਾਂ ਨੂੰ ਹਰ ਤਰੀਕੇ ਨਾਲ ਦੱਸ ਚੁੱਕੇ ਹਾਂ ਪਰ ਉੱਥੋਂ ਕੋਈ ਰਿਸਪੋਂਸ ਨਹੀਂ ਆ ਰਿਹਾ ਇਹ ਵੀ ਸੂਚਨਾਵਾਂ ਮਿਲ ਰਹੀਆਂ ਸਵਾਲ ਬਹੁਤ ਸਾਰੇ ਹੈ ਕਿ ਅਸੀਂ ਕੋਈ ਸਵਾਲ ਪੁੱਛਾਂਗੇ ਲੰਡਨ ਐਲਾਨਨਾਮੇ ਪਿੱਛੇ ਕੌਣ ਹੈ ਅੱਜ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ ਬਹਿਸ ਇਸ ਕਰਕੇ ਕਰ ਰਹੇ ਹਾਂ ਕਿਉਂਕਿ 12 ਅਗਸਤ ਨੂੰ ਲੰਡਨ ਐਲਾਨਨਾਮੇ 'ਤੇ ਭਾਰਤ ਵਿੱਚ ਸਿਆਸਤ ਹੋਰ ਪੱਕੀ ਹੈ ਦਿੱਲੀ ਵਿੱਚ MS ਬਿੱਟਾ ਅਤੇ ਸਿੱਖ ਜਥੇਬੰਦੀਆਂ ਨੇ ਮੁਜ਼ਾਹਰਾ ਕੀਤਾ ਲੰਡਨ ਐਲਾਨਨਾਮੇ ਖਿਲਾਫ UK ਅੰਬੈਸੀ ਨੂੰ ਮੰਗ ਪੱਤਰ ਦਿੱਤਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਅਸੀਂ ਹਰ ਤਰੀਕੇ ਨਾਲ ਅਪੀਲ ਕਰ ਚੁੱਕੇ ਹਾਂ UK ਸਰਕਾਰ ਨੂੰ ਕਿਸੇ ਨੂੰ ਸ਼ਾਂਤੀਪੂਰਨ ਵਿਰੋਧ ਜ਼ਾਹਿਰ ਕਰਨ ਤੋਂ ਨਹੀਂ ਰੋਕ ਸਕਦੇ UK ਸਰਕਾਰ ਨੇ ਵੀ ਇਹ ਗੱਲ ਕਹਿ ਦਿੱਤੀ ਹੈਗੀ ਹੈ ISI ਦੇ ਐਕਸਪ੍ਰੈਸ ਪਲਾਨ ਦਾ ਹਿੱਸਾ ਰੈਫਰੈਂਡਮ 2020 ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ ਕਹਿ ਰਹੇ ਹੈ ਭਾਰਤ ਵਿੱਚ ਰੈਫਰੈਂਡਮ ਦਾ ਕੋਈ ਮੁੱਦਾ ਨਹੀਂ ਇੱਥੇ ਮੁੱਦੇ ਹੋਰ ਨੇ ਭਗਵੰਤ ਮਾਨ ਕਹਿ ਰਿਹਾ ਇਸ ਤੋਂ ਇਲਾਵਾ ਹੋਰ ਸਿਆਸਤਦਾਨ ਜਿਹੜੇ ਆਪੋ ਆਪਣੀ ਟਿੱਪਣੀ ਕਰਦੇ ਪਏ ਹੈਗੇ ਆ ਅਤੇ ਪਹਿਲਾਂ ਉਹਨਾਂ ਸਿਆਸਤਦਾਨਾਂ ਦੀ ਸੁਣ ਲਈਏ ਇਹ ਸਾਰੀ ਚੀਜ਼ਾਂ ਆ ਜੋ ਮੈਂ ਚੀਜ਼ ਬਤਾਈ ਆਪਕੋ ਕਿ ਇਹ ਸੈਪਰੇਟਿਸਟ ਐਕਟੀਵਿਟੀ ਹੈ ਉਹ ਕਵਰ ਹੋ ਗਿਆ ਇਸਮੇ ਜੋ ਹਮਨੇ ਕਿਹਾ ਕਿ ਇਹ ਪ੍ਰੋਮੋਟ ਕਰੇਗਾ ਵਾਇਲੈਂਸ ਕੋ ਪ੍ਰੋਪੋਗੇਟ ਕਰੇਗਾ ਉਹ ਵੀ ਕਵਰ ਹੋ ਗਿਆ ਤੋ ਜਿਤਨਾ ਸਟਰੋਂਗਲੀ ਹੋ ਸਕਦਾ ਤਾਂ ਹਮਨੇ ਇਸ ਮੈਟਰ ਕੋ ਟੇਕਅਪ ਕੀਆ UK ਕੇ ਸਾਥ ਔਰ ਰਾਈਟਿੰਗ ਮੇਂ ਹੀ ਨਹੀਂ ਹਮਨੇ ਉਨਕੇ ਸਾਥ ਮੀਟਿੰਗ ਵੀ ਕੀ ਹੈ ਔਰ ਉਨਕੇ ਸਾਥ ਰਿਪੀਟਡਲੀ ਹਮਨੇ ਯੇ ਕਿਹਾ ਹੈ ਕਿ ਇਹ ਜੋ ਹੋ ਰਿਹਾ ਹੈ ਇਹ ਇੱਕ ਇੱਕ ਐਕਟੀਵਿਟੀ ਹੈ ਜੋ ਹਮਾਰੇ ਹਿੱਤ ਮੇਂ ਨਹੀਂ ਹੈ UK ਗਵਰਨਮੈਂਟ ਕੋ ਐਸੇ ਲੋਕੋ ਪੇ ਬੈਨ ਲਗਾਨਾ ਚਾਹੀਏ ਔਰ ਇਹ ਜੋ ਟੈਰਰਿਸਟ ਹੈ ਇਹ ਹਮੇ ਇੰਡੀਆ ਕੋ ਵਾਪਸ ਸੌਂਪਨੇ ਚਾਹੀਏ ਇਹ ਹਮਾਰਾ ਸੰਘਰਸ਼ ਹੈ ਜੇ ਚਲਤਾ ਰਹੇਗਾ ਇਸਕੋ ਹਮ ਛੋੜੇਂਗੇ ਨਹੀਂ ਜਿਤਨੀ ਦੇਰ ਤੱਕ UK ਗਵਰਨਮੈਂਟ ਉਨ ਟੈਰਰਿਸਟੋ ਕੋ ਹਮਾਰੇ ਹਵਾਲੇ ਨਹੀਂ ਕਰਤਾ ਇਹ ਟੋਟਲ ਰੈਫਰੈਂਡਮ ਉਨਕਾ ਇੱਕ ਡਰਾਮਾ ਹੈ ਇੱਕ ਚੁਟਕਲਾ ਹੈ ਪਰ ਹਮ ਉਨਕੋ ਯੇ ਬਤਾਨਾ ਚਾਹਤੇ ਹੈ ਕਿ ਹਿੰਦੁਸਤਾਨ ਕੇ ਲੋਕ ਹੈ ਏਕ ਹੀ ਰਹੇਂਗੇ ਇਨਕੇ ਪਿੱਛੇ ISI ਹੈ ਇਹ ਮੁਖੱਟੇ ਹੈ ਪਿੱਛੇ ਪਾਕਿਸਤਾਨ ISI ਜਿਹੜੇ ਰੈਫਰੈਂਡਮ ਦੀ ਗੱਲ ਆਪਾਂ ਕਰੀਏ ਮੇਰੇ ਖਿਆਲ 'ਚ ਕਿ ਉਹ ISI ਦੇ ਬੰਦੇ ਨੇ ਔਰ ਉਹ ਕਲੀਅਰ ਵੀ ਹੋ ਗਿਆ ਜਿਹੜਾ ਆਪਾਂ ਪੜ੍ਹ ਉਹਦੇ 'ਤੇ ਆ ਵੀ ਗਿਆ ਇੰਟਰਨੈਟ 'ਤੇ ਵੀ ਆ ਗਿਆ ਕਿ ਉਹਨਾਂ ਨੇ ਕਿਹਾ ਕਿ ਓਪਰੇਸ਼ਨ ਐਕਸਪ੍ਰੈਸ ਸਾਡਾ ਜਿਹੜਾ ਪੰਜਾਬ 'ਚ ਚੱਲ ਰਿਹਾ ਰੈਫਰੈਂਡਮ 2020 ਇਹਦੇ ਬਾਅਦ ਤਾਂ ਹੁਣ ਕੋਈ ਗੱਲ ਹੀ ਨਹੀਂ ਰਹੇਗੀ ਜਿਹੜੇ ਬੰਦੇ ਉੱਥੋਂ ਰੈਫਰੈਂਡਮ ਦੀ ਗੱਲ ਕਰ ਰਹੇ ਨੇ ਤਾਂ ਮੈਨੂੰ ਬੜੀ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਗੱਲਾਂ ਉਹ ਕਰ ਰਹੇ ਨੇ ਜਿਹੜੇ ਆਪ ਹੀ ਸਿੱਖ ਨੇ ਜਿਨ੍ਹਾਂ ਨੇ ਅਜੇ ਤੱਕ ਸਿੱਖੀ ਸਰੂਪ ਧਾਰਨ ਨਹੀਂ ਕੀਤਾ ਅਤੇ ਕੀ ਗੁਰੂ ਸਾਹਿਬ ਕਹਿੰਦੇ ਕਿ ਜਿਹੜੇ ਉਹਨਾਂ ਦੇ ਸਿੱਖ ਹੋਣਗੇ ਉਹ ਜਿਹੜੇ ਪੋਨੀ ਟੇਲ ਕਰਕੇ ਗੁੱਤਾਂ ਕਰਕੇ ਫਿਰਨਗੇ ਉਹ ਮੇਰੇ ਖਿਆਲ 'ਚ ਕਿ ਇਹ ਪਾਕਿਸਤਾਨ ਦੀ ਬਾਹਰਲੀ ਕੰਟਰੀ ਦੀ ਇਹ ਹੈਗੀ ਇਹਨੂੰ ਕੋਈ ਵੀ ਐਕਸੈਪਟ ਨਹੀਂ ਕਰਦਾ ਜੇ ਉਹ ਖਾਲਿਸਤਾਨ ਚਾਹੁੰਦੇ ਨੇ ਜੇ ਉਹ ਸੱਚੀ ਚਾਹੁੰਦੇ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਜਿਹੜੀ ਨੀਂਹ ਉਹਨਾਂ ਰੱਖੀ ਸੀ ਅਤੇ ਉਹਨਾਂ ਨੂੰ ਚਾਹੀਦਾ ਕਿ ਲਾਹੌਰ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਉੱਥੇ ਸਭ ਤੋਂ ਪਹਿਲਾਂ ਖਾਲਿਸਤਾਨ ਦਾ ਝੰਡਾ ਚੜ੍ਹਾਉਣ ਪਸ਼ਾਵਰ ਤੋਂ ਲੈ ਕੇ ਤੁਰੇ ਹੋਣ ਫਿਰ ਅੱਗੇ ਕੋਈ ਹੋਰ ਸਿੱਖ ਗੱਲ ਸੁਣ ਦੇਖੋ ਇੱਥੇ ਤਾਂ ਆ ਸਾਰੇ ਖੜੇ ਨੇ ਲੋਕ ਇੱਥੇ ਇਹ ਮੁੱਦਾ ਹੀ ਹੈ ਨਹੀਂ ਇਹਨਾਂ ਦੇ ਮਸਲੇ ਕੀ ਨੇ ਇਹਨਾਂ ਦੇ ਮਸਲੇ ਰੋਜ਼ਗਾਰ ਦੇ ਨੇ ਇਹਨਾਂ ਦੇ ਮਸਲੇ ਕੀ ਨੇ ਕਿ ਸਾਨੂੰ ਸਾਡੇ ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਨਸ਼ਿਆਂ ਦੇ ਟੀਕੇ ਖੋ ਕੇ ਉਹਨਾਂ ਨੂੰ ਟਿਫਨ ਫੜਾਓ ਰੋਜ਼ਗਾਰ ਦਿਓ ਇਹਨਾਂ ਦੇ ਮਸਲੇ ਨੇ ਨਰੇਗਾ ਦੀਆਂ ਦਿਹਾੜੀਆਂ ਨਹੀਂ ਮਿਲੀਆਂ ਇਹਨਾਂ ਦੇ ਮਸਲੇ ਨੇ ਕਿ ਮਹਿੰਗਾਈ ਤੋਂ ਬਚਾਓ ਇਹਨਾਂ ਦੇ ਮਸਲੇ ਨੇ ਸਾਨੂੰ ਡਰੱਗ ਮਾਫੀਆ ਰੇਤ ਮਾਫੀਆ ਤੋਂ ਸਾਨੂੰ ਬਚਾਓ ਸੋ ਇਹ ਤਾਂ ਰੋਟੀ ਦੇ ਮਸਲੇ ਲੈ ਕੇ ਖੜੇ ਨੇ ਇਸ ਤਰ੍ਹਾਂ ਦਾ ਇੱਥੇ ਤਾਂ ਕੋਈ ਇਸ ਤਰ੍ਹਾਂ ਦਾ ਮਸਲਾ ਸਾਡੇ ਕੋਲ ਆਇਆ ਨਹੀਂ ਵਿਦੇਸ਼ਾਂ ਦੇ ਵਿੱਚ ਹੈਗਾ ਉੱਥੇ ਕਰ ਲੈਣ ਭਾਰਤੀ ਜਨਤਾ ਪਾਰਟੀ ਦੀ ਪ੍ਰਤੀਕਿਰਿਆ ਆਈ ਹੈ ਪੰਜਾਬ 'ਚੋਂ ਵੀ ਸੁਣ ਲਈ ISI ਦੇ ਇਸ਼ਾਰਿਆਂ ਦੇ ਉੱਤੇ 2020 ਦੇ ਨਾਂ 'ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਦੀ ਅਸੀਂ ਹੋਣ ਨਹੀਂ ਦਿਆਂਗੇ ਔਰ ਮੇਰੀ ਪੰਜਾਬ ਦੀ ਜਨਤਾ ਦੇ ਅੱਗੇ ਆਪਣੇ ਸਾਥੀਆਂ ਅੱਗੇ ਨੌਜਵਾਨਾਂ ਅੱਗੇ ਅਪੀਲ ਹੈ ਕਿ 2020 ਦੇਸ਼ ਵਿਰੋਧੀ ਦੇਸ਼ ਦੀ ਏਕਤਾ ਖੰਡਤਾ ਦੇ ਖਿਲਾਫ ਪੰਜਾਬੀ ਅਤੇ ਪੰਜਾਬੀ ਭਾਈਚਾਰੇ ਦੇ ਖਿਲਾਫ ISI ਦੀ ਸਾਜਿਸ਼ ਹੈ ਸਵਾਲ ਅਸੀਂ ਇੱਕ ਹੀ ਪੁੱਛਾਂਗੇ ਸਵਾਲ ਅਸੀਂ ਇਹ ਪੁੱਛਾਂਗੇ ਕਿਹੜੀਆਂ ਤਾਕਤਾਂ ਲੰਡਨ ਐਲਾਨਨਾਮੇ ਦੀਆਂ ਹਮਾਇਤ ਕਰ ਰਹੀਆਂ ਨੇ ਇਸ ਸਵਾਲ 'ਤੇ ਚਰਚਾ ਕਰਾਂਗੇ ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ
ਸਿੱਖ ਸਕੋਲਰ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਮਾਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ ਨੇ, ਸਰਜੀਤ ਸਿੰਘ ਸਵੈਚ ਕਾਂਗਰਸ ਤੋਂ ਨੇ, ਜੰਗਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ। ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਹਾਂ। ਅਤੇ ਆਮ ਆਦਮੀ ਪਾਰਟੀ ਤੋਂ ਕੋਈ ਹੈ ਨਹੀਂ ਗਾ, ਉਸ ਦਾ ਸਵਾਲ ਸਾਰੇ ਪੁੱਛਦੇ ਆ ਅਤੇ ਜਦੋਂ ਇਹ ਡਿਬੇਟ ਦੇਖਣਗੇ ਸਾਰੇ ਦਰਸ਼ਕ ਤਾਂ ਉਹ ਵੀ ਸਵਾਲ ਪੁੱਛਣਗੇ। ਅਸੀਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਅਸੀਂ ਇਹ ਸਾਫ਼ ਕਰ ਲਿੱਤਾ ਹੈਗਾ ਕਿ ਅਸੀਂ ਇਸ ਏਜੰਡੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਸਾਡਾ ਕੋਈ ਬੁਲਾਰਾ ਡਿਬੇਟ ਵਿੱਚ ਨਹੀਂ ਆਏਗਾ ਰੈਫਰੈਂਡਮ ਦਾ ਜਦੋਂ ਵੀ ਕੋਈ ਮੁੱਦਾ ਆਏਗਾ। ਤੁਸੀਂ ਸਵਾਲ ਇਹ ਵੀ ਪੁੱਛੋਗੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਆਇਆ। ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀਗਾ, ਉਹ ਕਹਿੰਦੇ ਅਸੀਂ 8 ਕੁ ਬਿੰਦੂ ਆ ਜਿਹੜੇ ਉਹ SFJ ਨੂੰ ਲਿਖ ਕੇ ਦਿੱਤੇ ਹੈਗੇ ਆ। ਜਦੋਂ ਉਹਨਾਂ ਦਾ ਜਵਾਬ ਆ ਜਾਵੇਗਾ, ਸਾਨੂੰ ਸਮਝ ਆ ਜਾਵੇਗੀ ਕਿ ਉਹ ਕਰਨਾ ਕੀ ਚਾਹੁੰਦੇ ਆ, ਉਦੋਂ ਅਸੀਂ ਗੱਲਬਾਤ ਅੱਗੇ ਤੋਰਾਂਗੇ। ਇਹ ਦੋਨਾਂ ਧਿਰਾਂ ਦੇ ਨੁਮਾਇੰਦੇ ਸਾਡੇ ਕੋਲ ਨਹੀਂ ਪਹੁੰਚੇ, ਪਹਿਲਾਂ ਤੁਹਾਨੂੰ ਦੱਸ ਦਈਏ ਅਤੇ ਅਸੀਂ ਬਾਕੀਆਂ ਨਾਲ ਡਿਬੇਟ ਅੱਜ ਹੀ ਸ਼ੁਰੂ ਕਰਦੇ ਹਾਂ। ਮਾਲਵਿੰਦਰ ਸਿੰਘ ਕੰਗ, ISI ਦੀ ਸਾਜਿਸ਼ ਹੈ ਇਹ ਕਹਿਣਾ ਬੜਾ ਸੁੱਖ ਹੈ ਜਾਂ ਤੁਹਾਡੇ ਕੋਲ ਕੋਈ ਤੱਥ ਹੈਗੇ? ਨਹੀਂ, ਹਿਸਟੋਰੀਕਲ ਫੈਕਟ ਜਿਹੜੇ ਇਹ ਹੈ, ਪੰਜਾਬ ਹੋਵੇ ਚਾਹੇ ਕਸ਼ਮੀਰ ਹੋਵੇ ਜਾਂ ਹੋਰ ਵੀ ਕੋਈ ਹਿੱਸਾ ਹੋਵੇ ਸਾਡੇ ਮੁਲਕ ਦਾ, ਉਹ ਡਿਸਟਰਬੈਂਸ ਕਰਨ ਦਾ ਪ੍ਰਯਾਸ ਹਮੇਸ਼ਾ ਪਾਕਿਸਤਾਨ ਔਰ ਪਾਕਿਸਤਾਨ ਦੀ ਏਜੰਸੀ ਦਾ ਰਿਹਾ ਹੈ। ਇਹ ਹਿਸਟੋਰੀਕਲ ਫੈਕਟ ਹੈ। ਔਰ ਇਹਦੇ 'ਚ ਵੀ ਜਿਹੜੀਆਂ ਪਿੱਛੇ ਜਿਹੜੇ ਕੁਛ ਖਬਰਾਂ ਨਿਕਲ ਕੇ ਆਈਆਂ ਸੀ ਵੀ ਇਹ ਜਿਹੜਾ ਰੈਫਰੈਂਡਮ 2020 ਜਿਹੜਾ ਹੋ ਰਿਹਾ ਲੰਡਨ 'ਚ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹ ਇਹੋ ਜਿਹੀਆਂ ਤਾਕਤਾਂ ਦਾ ਹੱਥ ਹੋ ਸਕਦਾ ਹੈ। ਤਾਂ ਇਹ ਕੋਈ ਦੋ ਰਾਏ ਨਹੀਂ ਹੈ, ਮੈਨੂੰ ਲੱਗਦਾ ਵੀ ਐਂਟੀ ਇੰਡੀਆ ਜਿਹੜੇ ਐਂਟੀ ਇੰਡੀਆ ਤੁਹਾਨੂੰ ਵੀ ਨਹੀਂ ਹੈਗਾ। ਨਹੀਂ ਨਹੀਂ, ਦੇਖੋ ਹੁਣ ਮੈਂ ਜਿਹੜੀ ਚੀਜ਼ ਜਦੋਂ ਜਿੰਨਾ ਚਿਰ ਕੋਈ ਐਵੀਡੈਂਸ ਨਹੀਂ ਹੈ, ਪਰ ਜਿਹੜਾ ਮੋਟੇ ਮੋਟੇ ਤੌਰ 'ਤੇ ਮੈਂ ਤੁਹਾਨੂੰ ਹਿਸਟੋਰੀਕਲ ਫੈਕਟ ਵੀ ਦੱਸ ਦਿਆ ਵੀ ਸਾਡੇ ਤੁਹਾਡੇ ਕੋਲ ਮਾਲਵਿੰਦਰ ਸਿੰਘ ਕੰਗ ਏਜੰਸੀਆਂ ਤੁਹਾਡੇ ਕੋਲ ਆ, ਤੁਸੀਂ ਸਾਫ਼ ਥੱਪਾ ਲਾਓ ISI ਦੀ ਸਾਜਿਸ਼ ਹੈ। ਆਲਰੇਡੀ ਭਾਰਤ ਸਰਕਾਰ ਦੇ ਸਪੋਕਸਪਰਸਨ ਨੇ ਵੀ ਕਹਿਤਾ ਹੈ, ਉਹ ਵੀ ਸਪਸ਼ਟ ਹੋ ਗਿਆ। ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰਾ ਤਾਂ ਸਪਸ਼ਟੀਕਰਨ ਦੇਣ ਨੂੰ ਕੁਛ ਰਹਿ ਨਹੀਂ ਜਾਂਦਾ। ਠੀਕ ਹੈ, ਉਹ ਸੁਭਾਵਿਕ ਹੈ ਵੀ ਭਾਰਤ, ਮੈਂ ਤਾਂ ਤੁਹਾਡੇ ਸਵਾਲ ਉੱਤੇ ਦਿੱਲੀ ਤੋਂ ਪੰਜਾਬ ਤੋਂ ਥੋੜ੍ਹੀ ਸਿਆਸਤ ਬਦਲ ਜਾਂਦੀ। ਬਿਲਕੁਲ ਹੈ ਜੀ, ਪਿੱਛੇ ਜਿਹੜਾ ਐਵੀਡੈਂਸ ਆਇਆ ਹੈ ਉਸ ਤੋਂ ਪਤਾ ਲੱਗ ਰਿਹਾ ਕਿ ਜਿਹੜਾ ਇਹ ਸਿੱਖਸ ਫੋਰ ਜਸਟਿਸ ਦੀ ਆਪਣੀ ਜਿਹੜੀ ਵੈਬਸਾਈਟ ਹੈ ਤੇ ਜਿਹੜੀ ਆਪਣਾ 2020 ਦੀ ਰੈਫਰੈਂਡਮ ਦੀ ਵੈਬਸਾਈਟ ਹੈ, ਇੱਕ ਦਾ ਨਾਂ ਹੈ sixsforjustice.org, ਇੱਕ ਦਾ 2020referendum.org। ਇਹ ਦੋਨੋਂ ਜਿਹੜੀਆਂ ਵੈਬਸਾਈਟਸ ਹੈ ਉਹ ਲਿੰਕਡ ਨੇ ਇੱਕ ਹੋਰ ਵੈਬਸਾਈਟ ਨਾਲ ਜਿਹੜੀ ਕਰਾਚੀ ਬੇਸਡ ਹੈ, ਉਹ ਵੈਬਸਾਈਟ ਦਾ ਨਾਂ ਹੈ snip.pk। ਹੁਣ ਜਿਹੜਾ ਇਹ snip.pk ਹੈ ਇਹ ਇੱਕ ਪਾਕਿਸਤਾਨੀ ਨੈਸ਼ਨਲ ਚਲਾਉਂਦਾ ਹੈ, ਔਰ ਉਹ ਜਿਹੜਾ ਪਾਕਿਸਤਾਨੀ ਨੈਸ਼ਨਲ ਹੈ ਉਹ ਹੋਸਟ ਵੀ ਕਰਦਾ ਹੈ। ਕਿਹਦੀ ਵੈਬਸਾਈਟ ਹੋਸਟ ਕਰਦਾ ਹੈ? ਸਿੱਖਸ ਫੋਰ ਜਸਟਿਸ ਦੀ, 2020 ਰੈਫਰੈਂਡਮ ਦੀ ਹੋਸਟ ਕਰਦਾ, ਫਲੋਰੀਡਾ ਕੰਪਨੀ ਬਣਾ ਕੇ, ਔਰ ਦਫ਼ਤਰ ਹੈਗੇ ਫਲੋਰੀਡਾ ਅਤੇ ਕਰਾਚੀ। ਹੁਣ ਇਹ ਸਭ ਜਦੋਂ ਗੱਲਾਂ ਨਿਕਲਦੀਆਂ, ਔਰ ਇਹ ਸਿਰਫ ਇਹੀ ਗੱਲ ਨਹੀਂ ਨਿਕਲੀ, ਹੁਣ ਇਹ ਵੀ ਪਤਾ ਲੱਗਿਆ ਕਿ ਪੰਨੂ ਸਾਹਿਬ ਦੀ ਜਿਹੜੀ ਆਪਣੀ ਵੈਬਸਾਈਟ ਹੈ ਉਹ ਵੀ ਇਹ ਪਾਕਿਸਤਾਨੀ ਨੈਸ਼ਨਲ ਚਲਾ ਰਿਹਾ, ਉਹਦਾ ਲਿੰਕ ਵੀ snip.pk ਨਾਲ ਹੈ। ਹੋਰ ਜਿਹੜੇ ਰੈਫਰੈਂਡਮ 2020 ਦੇ ਲੀਡਰ ਨੇ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਵੈਬਸਾਈਟਸ ਹੈ ਉਹ ਵੀ ਇਹੀ ਨੈਸ਼ਨਲ ਚਲਾ ਰਿਹਾ। ਸੋ ਹੁਣ ਇਸ ਤੋਂ ਕੀ ਪਤਾ ਲੱਗਦਾ ਕਿ ਜਿਹੜਾ ਆਪਾਂ ਤਾਂ ਹੁਣ ਜੇ ਉਹ ਕੋਈ ਇਨਵੈਸਟੀਗੇਟਿੰਗ ਏਜੰਸੀਜ਼ ਹੈ ਉਹ ਜਿਹੜੇ ਤੱਥ ਬਾਹਰ ਕੱਢ ਕੇ ਲਿਆਉਣਗੀਆਂ, ਪਰ ਸਾਨੂੰ ਇੰਨਾ ਕੁ ਤਾਂ ਪਹਿਲੇ ਦੱਸ ਦਿੱਤਾ ਗਿਆ ਹੈ, ਮਨੀ ਟ੍ਰੇਲ ਦਾ ਦੱਸ ਦਿੱਤਾ ਗਿਆ, ਇਹ ਵੀ ਦੱਸ ਦਿੱਤਾ ਗਿਆ ਕਿ ਓਪਰੇਸ਼ਨ ਜਿਹੜਾ ਐਕਸਪ੍ਰੈਸ ਹੈ ਉਹਦੇ ਅਧੀਨ ਪੈਸੇ ਦਿੱਤੇ ਜਾ ਰਹੇ ਨੇ। ਹੁਣ ਇਹ ਵੈਬਸਾਈਟਾਂ ਦਾ ਸਾਰਾ ਆ ਗਿਆ, ਹੁਣ ਇਹ ਵੈਬਸਾਈਟ ਪਹਿਲੇ ਤਾਂ ਬਣਾ ਲਈਆਂ, ਹੁਣ ਵੈਬਸਾਈਟ 'ਚ ਕੀ ਹੋ ਰਿਹਾ? ਵੈਬਸਾਈਟ 'ਚ ਕਹਿ ਰਹੇ ਜੀ ਫ੍ਰੀ ਟਿਕਟਾਂ ਦੇਵਾਂਗੇ, ਪੰਜਾਬੀ ਜਿਹੜੇ ਯੂਥ ਨੇ ਉਹ ਤੁਸੀਂ ਲੰਡਨ ਆਓ, ਸਿਰਫ ਫ੍ਰੀ ਟਿਕਟਾਂ ਨਹੀਂ ਦੇਵਾਂਗੇ 10 ਤੋਂ 14 ਤੱਕ ਤੁਹਾਡੀ ਫ੍ਰੀ ਸਟੇਅ ਹੋਏਗੀ। ਹੁਣ ਇਹ ਗੱਲਾਂ ਤੋਂ ਕੀ ਪਤਾ ਲੱਗਦਾ ਕਿ ਜਾਣ ਕੇ ਇੱਕ ਸੋਚੀ ਸਮਝੀ ਸਾਜਿਸ਼ ਨਾਲ ਇਹ ਲੋਕਾਂ ਨੂੰ ਉਕਸਾ ਰਹੇ ਨੇ, ਤੇ ਉਹ ਲੋਕਾਂ ਜਿਹੜੇ ਯੂਥ ਨੇ ਉਹਨਾਂ ਨੂੰ ਇਹ ਫ੍ਰੀ ਟਿਕਟਾਂ ਦਾ ਝਾਸਾ, ਉਹ ਅਨਸਸਪੈਕਟਿੰਗ ਹੈ, ਉਹਨਾਂ ਨੂੰ ਨਹੀਂ ਪਤਾ, ਉਹ ਇਮੋਸ਼ਨ 'ਚ ਬਹਿ ਰਹੇ ਨੇ, ਉਹਨਾਂ ਨੂੰ ਗ੍ਰੀਵੈਂਸਿਸ ਸੁਣਾਉਂਦੇ ਨੇ, ਉਹਨਾਂ ਨੂੰ ਇਹ ਨਹੀਂ ਦੱਸਦੇ ਕਿ ਇਹਦੇ ਪਿੱਛੇ ISI ਹੈ, ਇਹ ਪਾਕਿਸਤਾਨ ਦਾ ਹੈ, ਇਹ ਗੱਲ ਤਾਂ ਦੱਸਦੇ ਨਹੀਂ, ਉਹ ਗ੍ਰੀਵੈਂਸਿਸ ਸੁਣਾ ਕੇ ਮਾਈਂਡ ਵਾਸ਼ ਕਰਕੇ, ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਉੱਥੇ ਲੈ ਕੇ ਜਾ ਕੇ ਇਹ ਸਭ ਕਰਨਾ ਚਾਹ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦੋਨੋਂ ਗੱਲ ਕਹਿ ਰਹੇ ISI ਦੀ ਸਾਜਿਸ਼ ਲੱਗਦੀ ਹੈ, ਤੁਹਾਨੂੰ ਤੁਹਾਡੇ ਬੁਲਾਰੇ ਵੀ ਇਹ ਗੱਲ ਕਹਿ ਰਹੇ ਹੈਗੇ, ਤੁਹਾਡੇ ਲੀਡਰ ਵੀ ਇਹ ਗੱਲ ਕਹਿ ਰਹੇ ਹੈਗੇ ਆ, ਪਰ ਨਾਲ ਹੀ ਤੁਹਾਡੇ ਲੀਡਰ ਇਹ ਗੱਲ ਵੀ ਕਹਿ ਰਿਹਾ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ, ਇਹਦਾ ਜਵਾਬ ਕੀ ਹੈਗਾ ਤੁਹਾਡੇ? ਦੇਖੋ, ਜਿਹੜੀਆਂ ਅਕਾਲੀ ਦਲ ਦੀਆਂ ਪਿਛਲੀਆਂ ਹਰਕਤਾਂ ਰਹੀਆਂ ਨੇ ਉਹ ਤਾਂ ਜ਼ਿਆਦਾ ਠੀਕ ਨਹੀਂ ਰਹੀਆਂ ਹੈਗੀਆਂ। ਜਦੋਂ ਇਹ ਨਹੀਂ ਹਰਕਤ ਦਾ ਕੀ ਮਤਲਬ ਹੈ ਤੁਹਾਡਾ? ਹਰਕਤ ਦਾ ਕੀ ਮਤਲਬ ਹੈ ਤੁਹਾਡਾ? ਮੈਂ ਤੁਸੀਂ ਬੋਲਾਂ ਵਿੱਚੋਂ ਨਹੀਂ, ਦੇਖੋ ਆਪਣੇ ਜੋ ਵੀ ਰਿਪਲਾਈ ਦਿੰਦੇ ਹੋ ਚਲੋ ਦੱਸ ਦੋ ਨਾ, ਹਰਕਤ ਦਾ ਹਰਕਤ ਤੁਸੀਂ ਕਿਹਨੂੰ ਕਹਿ ਰਹੇ ਹੋ? ਹਰਕਤ ਦਾ ਸਪੋਕਸਮੈਨ ਹੋ ਤੁਸੀਂ, ਹਰਕਤ ਦਾ ਸੁਣੋ ਤੁਸੀਂ, ਹਰਕਤ ਕਿਹੜੀ ਹੈ ਮਾੜੀ ਲੱਗੀ ਤੁਹਾਨੂੰ? ਇਹ ਨਹੀਂ ਕਿ ਜਦੋਂ ਵੀ ਇਹ ਸੱਤਾ ਤੋਂ ਬਾਹਰ ਹੁੰਦੇ ਨੇ
ਇਹ ਕੁਛ ਏਜੰਡੇ ਜਿਵੇਂ ਚੰਡੀਗੜ੍ਹ ਦਾ ਮਸਲਾ ਹੋਇਆ, ਹੋਰ ਹੋਇਆ, ਸਿੱਖ ਪੰਥ ਖਾਸ ਕਰਕੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਜਿਹੜੇ ਹੈਗੇ ਹਾਂ ਸਿੱਖ ਪੰਥ ਦੇ ਹਿਤੈਸ਼ੀ ਹਾਂ, ਅਸੀਂ ਉਹ ਪੰਥਿਕ ਜਿਹੜੇ ਏਜੰਡੇ ਨੇ ਜਾਂ ਜਿਹੜੇ ਹੈਗੇ ਆ ਕੁਛ ਪਹਿਲਾਂ ਇਹਨਾਂ ਦੇ ਜਿਹੜੇ ਹੈਗੇ ਆ ਉਹ ਕੁਛ ਹਾਰਡ ਲਾਈਨਸ ਦੇ ਤੱਕ ਵੀ ਜਾਂਦੀਆਂ ਸੀਗੀਆਂ ਜਿਹੜੀਆਂ। ਸੋ ਉਸ ਕਰਕੇ ਮੈਂ ਕਹਿੰਦਾ ਹੈ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਇਹ ਤਾਂ ਇੱਦਾਂ ਦੀਆਂ ਗੱਲਾਂ ਕਰਦੇ ਨੇ, ਲੇਕਿਨ ਅੱਜ ਹੁਣ ਜੋ ਅੱਜ ਕਹਿ ਰਹੇ ਨੇ ਵੀ ਤੁਸੀਂ ਇਹਨਾਂ ਨੂੰ ਪੁੱਛ ਲਓ ਅਸੀਂ ਸੱਤਾ ਤੋਂ ਬਾਹਰ ਹੈ, ਇਹ ਕਹਿੰਦੇ ਵੀ ਜਦੋਂ ਸੱਤਾ 'ਚ ਬਾਹਰ ਆਉਂਦੇ ਰੈਡੀਕਲਿਜ਼ਮ ਕਰਦੇ ਨੇ। ਮੈਨੂੰ ਗੱਲ ਪੂਰੀ ਗੱਲ ਪੂਰੀ ਗੱਲ ਨਾ, ਲੇਕਿਨ ਹੁਣ ਇਸ ਜਿਹੜਾ ਇਹ ਰੈਫਰੈਂਡਮ 2020 ਹੋ ਰਿਹਾ, ਇਹਨਾਂ ਦੀ ਭਾਈਵਾਲ ਜਿਹੜੀ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਹੈ, ਹੁਣ ਬੜਾ ਖੁੱਲ੍ਹ ਕੇ ਇਹ ਇਸ ਦਾ ਵਿਰੋਧ ਕਰ ਰਹੇ ਨੇ। ਸ਼ਾਇਦ ਪਹਿਲਾਂ ਨਹੀਂ ਮੈਨੂੰ ਲੱਗਿਆ ਕਿਤੇ ਵੀ ਇੰਨੀ ਇੰਨਾ ਖੁੱਲ੍ਹ ਕੇ ਇਹਨਾਂ ਵਿਰੋਧ ਕੀਤਾ ਹੋਵੇ, ਕਿਉਂਕਿ ਬੀਜੇਪੀ ਸੈਂਟਰ ਦੇ ਸਰਕਾਰ ਦੇ ਬੀਜੇਪੀ ਵਿਰੋਧ ਕਰ ਰਹੀ ਹੈ। ਬੀਜੇਪੀ ਵਿਰੋਧ ਕਰਵਾ ਰਹੀ ਇਹਨਾਂ ਤੋਂ, ਬਿਲਕੁਲ ਬੀਜੇਪੀ ਕਰਵਾ ਰਹੀ, ਹੋਰ ਕੋਈ ਵਿਰੋਧ ਕਰਵਾ ਰਹੀ ਬੀਜੇਪੀ ਨਾਲ ਹੀ ਜੋ ਕਹਿੰਦੇ ਨੇ, ਕਿਉਂਕਿ ਇਹਨਾਂ ਦਾ ਮੈਡਮ ਇਹਦਾ ਮਤਲਬ ਤੁਸੀਂ ਉਹ ਬਿਆਨ ਹੁਣ ਵਾਪਸ ਲੈ ਲਓਗੇ ਵੀ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦਾ? ਕੌਣ ਤੁਹਾਡੇ ਲੀਡਰ? ਅਸੀਂ ਤਾਂ ਇਹ ਵੀ ਕਹਿੰਦੇ ਆ ਜਿਹੜਾ ਵੀ ਚਾਹੇ ਉਹ ਹਾਰਡ ਲਾਈਨਰਸ ਨੇ ਚਾਹੇ ਉਹ ਰੈਫਰੈਂਡਮ 2020 ਜਿਹੜੇ ਸਪੋਰਟ ਕਰਨੇ ਲੋਕ ਉਹ ਬਾਹਰ ਬੈਠੇ ਨੇ ਕਿੱਥੇ ਬੈਠੇ ਨੇ, ਜਿਹੜਾ ਵੀ ਵਿਅਕਤੀ ਪੰਜਾਬ ਦੇ ਮਾਹੌਲ ਦੀ ਜਿਹੜੇ ਖਰਾਬ ਕਰਨਾ ਚਾਹੁੰਦਾ ਹੈ ਉਹ ਪੰਜਾਬ ਦਾ ਹਿਤੈਸ਼ੀ ਨਹੀਂ ਹੈਗਾ। ਅਸੀਂ ਉਹਦਾ ਖਿਲਾਫ਼ ਹਾਂ, ਅਸੀਂ ਉਹਦਾ ਵਿਰੋਧ ਕਰਾਂਗੇ। ਪੰਜਾਬ ਦਾ ਜਿਹੜਾ ਸ਼ਾਂਤੀ ਆਈ ਹੈ ਪੰਜਾਬ ਦੇ ਵਿੱਚ ਬੜੀ ਜਿਹੜਾ ਬਹੁਤ ਕੋਸਟ 'ਤੇ ਆਈ ਹੈ, ਬਹੁਤ ਵੱਡਾ ਮੁੱਲ ਤਾਰ ਰਿਹਾ ਹੈ। ਠੀਕ ਹੈ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਲੱਗੇ ਵਾਪਸ ਆ ਰਹੇ ਹਾਂ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਪੁੱਛਣੇ ਲਾਜ਼ਮੀ ਹੈ ਕਿ ਇੱਕ ਸਿਆਸੀ ਇਲਜ਼ਾਮ ਤਰਾਸ਼ੀ ਹੁੰਦੀ ਹੈ, ਇੱਕ ਤੱਤ ਹੁੰਦੇ ਆ, ਤੱਥ ਤੁਹਾਡੇ ਕੋਲ ਕਿਹੜੇ ਹੈਗੇ ਅਤੇ ਸਿਆਸੀ ਇਲਜ਼ਾਮ ਤਰਾਸ਼ੀ ਦੇ ਵਿੱਚ ਸਾਰਾ ਮੁੱਦਾ ਤਾਂ ਨਹੀਂ ਉਲਝ ਜਾਵੇਗਾ? ਜੇ ਤੁਸੀਂ ਯੂਕੇ ਸਰਕਾਰ ਨਾਲ ਗੱਲ ਕਰ ਰਹੇ ਹੋ ਕਿ ਉਹਨਾਂ ਲੋਕਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਜਿਹੜੇ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਆ? ਸਵਾਲ ਇਹ ਵੀ ਹੈਗਾ, ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਕਿਹੜੀਆਂ ਤਾਕਤਾਂ ਲੰਡਨ ਐਲਾਨਨਾਮੇ ਦੀ ਹਮਾਇਤ ਕਰ ਰਹੀਆਂ ਨੇ? ਕਰਨਾ ਸੇ ਪੀਰ ਮੁਹੰਮਦ, ਤੁਸੀਂ ਆਲਵੇਜ਼ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ ਤੇ ਸਾਡਾ ਮੌਜੂਦ ਹਾਂ। ਮੈਂ ਆ ਰਿਹਾ ਜੰਗਵੀਰ, ਆ ਰਿਹਾ ਤੁਹਾਡੇ ਕੋਲ, ਤੁਹਾਨੂੰ ਮੈਂ ਸਿੱਖ ਫੋਰ ਜਸਟਿਸ ਦਾ ਸਪੋਰਟਰ ਵੀ ਕਹਾਂ? ਵੇਖੋ ਜੀ, ਮੈਂ ਸਿੱਖ ਕੌਮ ਦਾ ਸਪੋਰਟਰ ਹਾਂ ਅਤੇ ਸਿੱਖ ਕੌਮ ਦੇ ਵਿੱਚ ਸਿੱਖਸ ਫਾਰ ਜਸਟਿਸ ਵੀ ਆਉਂਦੀ ਹੈ ਅਤੇ ਸਾਰੀਆਂ ਜਥੇਬੰਦੀਆਂ ਆਉਂਦੀਆਂ, ਸ਼੍ਰੋਮਣੀ ਅਕਾਲੀ ਦਲ ਵੀ ਆਉਂਦਾ। ਠੀਕ ਹੈ ਜੀ, ਸ਼੍ਰੋਮਣੀ ਅਕਾਲੀ ਦਲ ਵੀ ਆ ਰਿਹਾ? ਹਾਂ, ਸ਼੍ਰੋਮਣੀ ਅਕਾਲੀ ਦਲ ਵੀ ਆਉਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਉਂਦੀ। ਦੇਖੋ, ਇਹ ਆ ਕਿ ਸਿੱਖ ਕੌਮ ਆਪਣੀ ਆਜ਼ਾਦੀ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਦੋਂ ਵੀ ਸਿੱਖ ਅਰਦਾਸ ਕਰਦੇ ਨੇ ਉਦੋਂ ਹੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਇਹ ਜਿਹੜਾ ਬੁਲੰਦ ਕਰਦੇ ਹਾਂ ਅਸੀਂ ਆਪਣਾ ਨਾਰਾ, ਇਹ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਰਦੇ ਹਾਂ, ਕਿਤੇ ਆਸੇ ਪਾਸੇ ਨਹੀਂ ਕਰਦੇ। ਔਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਇਹ ਸਾਰੀਆਂ ਜਥੇਬੰਦੀਆਂ ਨੇ ਬਕਾਇਦਾ ਆਪਣੇ ਜਨਰਲ ਇਜਲਾਸ ਦੇ ਵਿੱਚ ਮਤੇ ਪਾਸ ਕੀਤੇ ਹੋਏ ਨੇ। ਠੀਕ ਹੈ, ਸਮੇਂ ਸਮੇਂ ਦੇ ਵਿੱਚ, ਅੱਜ ਨਹੀਂ, ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ, ਕਿ ਸਾਨੂੰ ਇੱਕ ਅਜਿਹਾ ਖਿੱਤਾ ਚਾਹੀਦਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਔਰ ਇਹਦੇ ਉੱਪਰ ਉਸ ਵੇਲੇ ਦੇ ਪਹਿਲੇ ਪ੍ਰਧਾਨ ਮੰਤਰੀ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਬਕਾਇਦਾ ਮੋਹਰ ਲਾਈ ਹੋਈ ਹੈ। ਉਹਨਾਂ ਦੀ ਰਿਕਾਰਡਿੰਗ ਸਪੀਚ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਨੂੰ ਇੱਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕਣ। ਉਹ ਖਿੱਤਾ ਸੀ ਸਾਡੇ ਕੋਲ ਪੰਜਾਬ। ਅੱਜ ਪੰਜਾਬ ਨੂੰ ਜਿਸ ਕਦਰ ਬਰਬਾਦ ਕੀਤਾ ਜਾ ਰਿਹਾ, ਮੈਂ ਭਗਵੰਤ ਮਾਨ ਦੀ ਕਿਸੇ ਗੱਲ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਪਰ ਅੱਜ ਉਹਨੇ ਕੁਝ ਗੱਲਾਂ ਕੀਤੀਆਂ ਨੇ, ਉਹਨੇ ਗੱਲ ਕੀਤੀ ਹੈ ਕਿ ਪੰਜਾਬ ਕਿਵੇਂ ਬਰਬਾਦ ਕੀਤਾ। ਪੰਜਾਬ ਨੂੰ ਅੱਜ ਮਾਫੀਆ ਰਾਜ ਦੇ ਵਿੱਚ ਬਦਲ ਦਿੱਤਾ ਗਿਆ, ਅੱਜ ਇੱਥੇ ਲੁੱਟ ਹੋ ਰਹੀ ਹੈ, ਸਾਡਾ ਪਾਣੀ ਲੁੱਟਿਆ ਗਿਆ, ਸਾਡੇ ਰਾਜਧਾਨੀ ਨੂੰ ਲੁੱਟਿਆ ਗਿਆ। ਅੱਜ ਜਿੰਨਾ ਜਬਰ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ। ਮੈਂ ਤੁਹਾਡੇ ਮੈਂ ਸਵਾਲ ਬੜਾ ਸਿੱਧਾ ਕੀਤਾ ਸੀਗਾ, ਮੈਂ ਸਵਾਲ ਇਹ ਕੀਤਾ ਸੀਗਾ, ਇਹ ਸਾਰੇ ਲੋਕ ਜਿਹੜੀ ਸਿਆਸਤ ਬੈਠੀ ਤੁਹਾਡੇ ਨਾਲ, ਇਹ ਸਾਰੀ ਇਸ ਨੂੰ ISI ਦੀ ਸਾਜ਼ਿਸ਼, ਕਰਨੈਲ ਸਿੰਘ ਪੀਰ ਮੁਹੰਮਦ ਇਸ ਨੂੰ ISI ਦੀ ਸਾਜ਼ਿਸ਼ ਮੰਨਦੇ ਆ ਜਾਂ ਨਹੀਂ? ਦੇਖੋ, ਅੱਜ ਸਾਜ਼ਿਸ਼ ਜਿਹੜੀ ਮਰਜ਼ੀ ਬਣਾ ਲੈਣ, ਪਰ ਇਹ ਸਾਜ਼ਿਸ਼ ਬਣੀ ਕਿਉਂ, ਇਹ ਸੋਚਣ ਦੀ ਲੋੜ ਹੈ। ਅੱਜ ਇਹ ਕਹਿੰਦੇ ਨੇ ਕਿ ਦੁਸ਼ਮਣ ਸਾਥ ਦੇ ਰਿਹਾ, ਤੁਸੀਂ ਮੰਨਦੇ ਹੋ ਸਾਜ਼ਿਸ਼ ਹੈ ISI ਦੀ? ਮੈਂ ਕਹਿੰਦਾ ਕਿ ਸਾਜ਼ਿਸ਼ ਕਾਹਦੀ ਸਾਜ਼ਿਸ਼ ਹੈ, ਦੱਸੋ ਕਿਸ ਗੱਲ ਦੀ ਸਾਜ਼ਿਸ਼ ਹੈ? ਸਾਜ਼ਿਸ਼ ਉਹ ਹੁੰਦੀ ਹੈ ਕਿ ਜਿੱਥੇ ਚੁੱਪ ਬੜੇ ਆਰਾਮ ਨਾਲ ਕੋਈ ਬੰਦੇ ਰਹਿ ਰਹੇ ਹੋਣ ਤੇ ਉਹਨਾਂ ਨੂੰ ਉਹ ਫਿਰ ਵੀ ਕਹਿਣ ਕਿ ਸਾਨੂੰ ਜੀ ਕੁਝ ਵੱਖਰਾ ਚਾਹੀਦਾ। ਇੱਥੇ ਸਿੱਖਾਂ ਨੇ ਆਜ਼ਾਦੀ ਕਿਉਂ ਮੰਗੀ ਹੈ, ਕਿਉਂ ਮੰਗ ਰਹੇ ਨੇ? ਨਵੰਬਰ 1984, 6 ਜੂਨ 1984,
पंजाब दे अंदर 1.5 लाख के करीब नौजवान अफेक्टड किए जिंद 25,000 नौजवान कला खालड़ा एक्शन कमेटी ने तुहाडे सामने कढ़ के भाई जसवंत सिंह खालड़ा ने रखिया अणपछाते कह के मार दिते गए। इस तरह का जबर जुल्म होया ते हो रहा है और जिन्ने बुलारे बैठे ने मेरी गल सुनो तीन पार्टियां प्रमुख ने तिना पार्टियां दे बुलारे बैठे ने कि अपनी इत्थे छाती ते हथ रख के कह देण कि पंजाब दे नाल धक्के नहीं होए पंजाब दे नाल सिख कौम दे नाल जुल्म नहीं होया कि दरबार साहब नूं ਢਾਉਣ ਵਾਸਤੇ ਅਕਾਲ ਤਖਤ ਸਾਹਿਬ ਨੂੰ ਔਰ 37 ਗੁਰਧਾਮਾਂ ਤੇ ਹਮਲਾ ਕਰਨ ਦੀ ਕੀ ਲੋੜ ਹੈਗੀ ਸੀ ਬੀਜੇਪੀ ਕਹਿ ਦੇਵੇ ਕਾਂਗਰਸ ਕਹਿ ਦੇਵੇ ਅਕਾਲੀ ਦਲ ਕਹਿ ਦੇਵੇ ਇਹ ਅੱਜ ਜਿਹੜੇ ਮਸਲੇ ਨੇ ਇਹਨਾਂ ਮਸਲਿਆਂ ਕਰਕੇ ਆਜ਼ਾਦੀ ਦੀ ਮੰਗ ਜਿਹੜੀ ਉੱਭਰੀ ਹੈ। ਮੈਂ ਤੁਹਾਡੇ ਸਵਾਲ ਤੇ ਆਵਾਂਗਾ ਗੁਦਸ਼ਨ। ਚਲੋ ਆਈਐਸਆਈ ਦੀ ਸਾਜ਼ਿਸ਼ ਕਹਿ ਕੇ ਅਸੀਂ ਪਿੱਛੇ ਹਟ ਸਕਦੇ ਹਾਂ ਜਾਂ ਸਵਾਲ ਇਹ ਹੈਗਾ ਕਿ ਸਰਕਾਰ ਕੋਲ ਕੋਈ ਇਹੋ ਜਿਹੇ ਤੱਥ ਹੈਗੇ ਤਾਂ ਹੀ ਸਰਕਾਰ ਕਰ ਲਏ। ਦੇਖੋ ਆਈਐਸਆਈ ਨੂੰ ਕਹਿ ਕੇ ਨਾ ਤੁਸੀਂ ਜਿਹੜੇ ਸਿੱਖਾਂ ਦੇ ਮਸਲੇ ਆ ਖਾਸ ਤੌਰ 'ਤੇ ਪੰਜਾਬ ਦੇ ਮਸਲੇ ਆ ਉਹਨਾਂ ਤੋਂ ਆਪਣਾ ਹੱਥ ਪਿੱਛੇ ਨੂੰ ਖਿੱਚਦੇ ਹੋ। ਸਿੱਖਾਂ ਦੇ ਮਨਾਂ ਵਿੱਚ ਮਾਨਸਿਕਤਾ ਦੇ ਵਿੱਚ ਆਲ ਓਵਰ ਦੀ ਵਰਲਡ ਇੱਥੇ ਪੰਜਾਬ ਦੇ ਵਿੱਚ ਵੀ ਬਾਹਰਲੇ ਪਾਸੇ ਜਿਹੜੇ ਸਿੱਖ ਬੈਠੇ ਆ ਵੈਸਟ ਦੇ ਵਿੱਚ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਬੇਚੈਨੀ ਆ ਇੱਕ ਫੀਲਿੰਗ ਆਫ ਡਿਸਕ੍ਰਿਮੀਨੇਸ਼ਨ ਹੈ ਔਰ ਉਹ ਆਧਾਰਿਤ ਆ ਫੈਕਟਸ ਦੇ ਉੱਤੇ। ਕਿਸ ਤਰ੍ਹਾਂ ਫੈਕਟਸ ਦੇ ਉੱਤੇ ਆਧਾਰਿਤ ਆ? ਮੈਂ ਦਾਅਵੇ ਨਾਲ ਕਹਿੰਦਾ ਅਕਰੋਸ ਦੀ ਟੇਬਲ ਮੈਨੂੰ ਕਿਸੇ ਦੇ ਸਾਹਮਣੇ ਬਿਠਾ ਲਓ, ਪੰਜਾਬ ਇਜ਼ ਏ ਸਬ ਸਟੇਟ। ਇੰਡੀਆ ਦੀਆਂ ਸਾਰੀਆਂ ਸਟੇਟਾਂ ਕੋਲ ਪਾਣੀਆਂ ਦੇ ਰਾਈਟ ਆ। ਜਿਹਨੂੰ ਅਕਲ ਹੋਵੇ ਉਹ ਮੇਰੇ ਨਾਲ ਡਿਸਕਸ ਕਰ ਲਵੇ ਅਕਰੋਸ ਦੀ ਟੇਬਲ। ਸਾਰੀ ਹਰਿਆਣਾ ਕੋਲ ਆਪਣੇ ਪਾਣੀਆਂ ਦੇ ਦਰਿਆਵਾਂ ਦੇ ਅਧਿਕਾਰ ਆ, ਰਾਜਸਥਾਨ ਕੋਲ ਹੈਗੇ ਆ, ਦੂਸਰੇ ਮੱਧ ਪ੍ਰਦੇਸ਼ ਦੇ ਕੋਲ ਹੈਗੇ ਆ, ਗੁਜਰਾਤ ਕੋਲ, ਸਾਰੀ ਦੁਨੀਆ ਹਿੰਦੁਸਤਾਨ ਦੇ, ਸਿਰਫ ਪੰਜਾਬ ਇਜ਼ ਏ ਸਬ ਸਟੇਟ ਜਿਹਦੇ ਕੋਲ ਪਾਣੀਆਂ ਦੇ ਅਧਿਕਾਰ ਨਹੀਂ ਹੈ। ਰੀਓਰਗਨਾਈਜੇਸ਼ਨ ਜਿਹੜਾ ਐਕਟ ਆ ਉਹਦੇ 78-83 ਧਾਰਾਵਾਂ ਜਿਹਦੇ ਨਾਲ ਡਿਸਟ੍ਰੀਬਿਊਸ਼ਨ ਆਫ ਰਿਵਰ ਵਾਟਰਸ ਜਿਹੜਾ ਹੈ ਉਹ ਸੈਂਟਰ ਦਾ ਅਧਿਕਾਰ ਆ, ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਸਟੇਟ ਦਾ ਰਾਈਟ ਆ। ਡਿਵੈਲਪਮੈਂਟ ਆਫ ਪੰਜਾਬ ਰਿਵਰਸ ਜਿਹੜੇ ਹੈਗੇ ਆ ਉਹ ਸੈਂਟਰ ਦੇ ਆਪਣੇ ਕੰਟਰੋਲ 'ਚ ਲਏ ਆ, ਦੂਜੀਆਂ ਸਾਰੀਆਂ ਹਿੰਦੁਸਤਾਨ ਦੀਆਂ ਸਟੇਟਾਂ ਉਹਨਾਂ ਦੇ ਕੋਲ ਆਪਣੇ ਕੋਲ। ਤੀਸਰੀ ਹੈਗੀ ਕੰਟਰੋਲ ਆਫ ਹੈੱਡਵਰਕਸ, ਸਿਰਫ ਪੰਜਾਬ ਇੱਕ ਵਾਹਦ ਸਟੇਟ ਆ ਹਿੰਦੁਸਤਾਨ ਦੀ ਜਿਹਦੇ ਕੋਲ ਆਪਣਾ ਰਾਈਟ ਨਹੀਂ ਹੈ, ਬਲਕਿ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ, ਈਵਨ ਹਰਿਆਣਾ ਕੋਲ ਆਪਣਾ ਕੰਟਰੋਲ ਆਫ ਹੈੱਡਵਰਕ। ਮੈਂ ਤੁਹਾਡੀ ਗੱਲ ਇਤਫਾਕ ਕਰਦਾ ਜਿਹੜੀ ਗੱਲ ਤੁਸੀਂ ਕਹੀ ਹੈ ਪੰਜਾਬ ਦੇ ਮੁੱਦਿਆਂ ਨੂੰ ਪੰਜਾਬੀਆਂ ਦੇ ਮੁੱਦਿਆਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਹੈ, ਮੈਂ ਤੁਹਾਡੇ ਮੁੱਦੇ ਨਾਲ ਸਹਿਮਤ ਹਾਂ। ਡਾਕਟਰ ਢਿੱਲੋਂ, ਪਰ ਮੇਰਾ ਸਵਾਲ ਇੱਕ ਹੋਰ ਹੈਗਾ। ਡਾਕਟਰ ਢਿੱਲੋਂ, ਮੇਰਾ ਸਵਾਲ ਇੱਕ ਹੋਰ ਹੈਗਾ, ਤੁਸੀਂ ਆਪਣੀ ਗੱਲ ਪੂਰੀ ਕਰ ਲਿਓ। ਮੇਰਾ ਸਵਾਲ ਇਹ ਹੈਗਾ ਜੇ ਤੁਸੀਂ ਇੱਕ ਵੱਖਰੇ ਸੂਬੇ ਦੀ ਮੰਗ ਕਰਦੇ ਹੈਗੇ, ਵੱਖਰੇ ਮੁਲਕ ਦੀ ਮੰਗ ਕਰਦੇ ਹੈਗੇ ਆ, ਕਿ ਉਸ ਤੋਂ ਬਾਅਦ ਪੰਜਾਬ ਦਾ ਇਸ ਤਰੀਕੇ ਅੱਗੇ ਤੁਰਨਾ ਸੰਭਵ ਹੈ? ਪੰਜਾਬ ਦੇ ਵਿੱਚ ਟਰਾਂਸਪੋਰਟ ਸਿਸਟਮ, ਪੰਜਾਬ ਦੇ ਵਿੱਚ ਫਸਲਾਂ ਦਾ ਸਿਸਟਮ, ਪੰਜਾਬ ਵਿੱਚ ਪਾਣੀ ਦਾ ਸਿਸਟਮ, ਸਨਅਤ ਦਾ ਸਿਸਟਮ ਉਸ ਤਰੀਕੇ ਨਾਲ ਲਾਗੂ ਹੋ ਸਕੇਗਾ? ਮੈਂ ਪੰਜਾਬ ਨੂੰ, ਮੈਂ ਇਹ ਗੱਲ ਕਹਿ ਰਿਹਾ ਕਿ ਇੰਡੀਅਨ ਕਨਸਟੀਟਿਊਸ਼ਨ ਪੰਜਾਬ ਦੇ ਪੰਜਾਬ ਦੇ ਉੱਤੇ ਲਾਗੂ ਹੀ ਨਹੀਂ ਕੀਤਾ ਗਿਆ। ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਨਸਟੀਟਿਊਸ਼ਨਲ ਹੋਈ ਵੀ ਆ। ਆ ਜਿਹੜੀਆਂ ਤਿੰਨ ਧਾਰਾਵਾਂ ਕਿਹਾ ਇਹ ਅਲਟਰਾ ਵਾਇਰਸ ਆ ਟੂ ਦੀ ਇੰਡੀਅਨ ਕਨਸਟੀਟਿਊਸ਼ਨ। ਇੰਡੀਅਨ ਕਨਸਟੀਟਿਊਸ਼ਨ ਜਿਹੜਾ ਸਟੇਟ ਆ ਉਹਨਾਂ ਦੇ ਰਾਈਪੇਰੀਅਨ ਰਾਈਟਸ ਹੈਗੇ, ਉਹਨਾਂ ਦੀ ਸੋਵਰਨਟੀ ਆ ਆਪਣੇ ਰਿਵਰ ਵਾਟਰਸ ਦੇ ਉੱਤੇ, ਐਕਸੈਪਟ ਪੰਜਾਬ। ਤੁਸੀਂ ਵੱਖਰੇ ਖਿੱਤੇ ਦੀ ਹਮਾਇਤ ਕਰਦੇ ਹੋ ਕਿ ਤੁਸੀਂ ਵੱਖਰੇ ਖਿੱਤੇ ਦੀ ਹਮਾਇਤ ਕਰਦੇ ਹੋ? ਵੱਖਰੇ ਜੇ ਇਸੇ ਤਰੀਕੇ ਦੀ ਗੱਲ ਚੱਲਦੀ ਰਹੀ, ਪੰਜਾਬ ਦੇ ਲੋਕਾਂ ਦੀ ਜਿਹੜੀ ਮਨਾਂ ਦੀ ਮਾਨਸਿਕਤਾ ਨੂੰ ਨਹੀਂ ਸੁਣਿਆ ਗਿਆ ਸਟੇਟਸਮੈਨਸ਼ਿਪ ਦੇ ਨਾਲ। ਅੱਜ ਕੀ ਹੋ ਰਿਹਾ ਸਾਰੀ ਦੁਨੀਆ ਦੇ ਵਿੱਚ, ਜਿਹੜੇ ਤਾਲਿਬਾਨ ਆ ਉਹਨਾਂ ਦੀ ਵੀ ਅਮਰੀਕਾ ਦੇ ਨਾਲ ਗੱਲ ਚੱਲਦੀ ਹੈ, ਅਕਰੋਸ ਦੀ ਟੇਬਲ ਬੈਠਦੇ ਆ। ਦੱਸੋ ਤਾਂ ਸਹੀ, ਤੁਹਾਡੀ ਕੀ ਤਕਲੀਫ ਆ? ਹਿੰਦੁਸਤਾਨ ਦਾ ਕੋਈ ਸਟੇਟਸਮੈਨ ਨਹੀਂ ਹੈ, ਸਾਰੇ ਲੋ ਲੈਵਲ ਦੇ ਪੋਲੀਟੀਸ਼ੀਅਨਸ ਹੈਗੇ ਆ। ਕਿਸੇ ਬੰਦੇ ਨੇ ਅੱਜ ਤੱਕ ਸਿੱਖਾਂ ਦੇ ਨਾਲ ਓਪਨ ਹਾਰਟ ਦੇ ਨਾਲ ਗੱਲ ਨਹੀਂ ਕੀਤੀ ਵੀ ਕੀ ਤੁਹਾਡਾ ਗੁੱਸਾ ਗਿੱਲਾ। ਜੇ ਮੈਂ ਪੋਲੀਟੀਸ਼ੀਅਨ ਹੋਵਾਂ I would call these people, dialogue open heart, narrow-mindedness. ਤੁਸੀਂ ਯੂਕੇ ਸਰਕਾਰ ਨਾਲ ਗੱਲਬਾਤ ਕਰਦੇ ਹੋ, ਉਹਨਾਂ ਸਿੱਖਾਂ ਨਾਲ ਗੱਲ ਕਰੋ ਜਿਹੜੇ ਮੰਗ ਚੁੱਕਦੇ ਹੈਗੇ ਆ। ਡਾਕਟਰ ਜੀ ਲੋ ਗੱਲ ਕਰੇ। ਦੇਖੋ ਪਹਿਲਾਂ ਤਾਂ ਮੈਂ ਮੇਰੇ ਸਾਥੀ ਪੀਰ ਮੁਹੰਮਦ ਜੀ ਹੋਣਾ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ, ਦੇਖੋ ਕੁਛ ਗੱਲਾਂ ਨਾਲ ਇਹਨਾਂ ਨਾਲ ਮੈਂ ਸਹਿਮਤ ਹੈ ਵੀ ਨਾ ਇਨਸਾਫੀਆਂ ਸਾਡੇ ਨਾਲ ਹੋਈਆਂ, ਬਹੁਤ ਸਾਰੇ ਨੌਜਵਾਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ। ਈਵਨ ਮੈਂ ਤਾਂ ਤੁਹਾਡੇ ਚੈਨਲ 'ਤੇ ਇਹ ਵੀ ਕਹਿ ਦਿੰਦਾ, ਕਿਉਂਕਿ ਮੇਰਾ ਤਾਂ ਨਿੱਜੀ ਅਨੁਭਵ ਹੈ, ਜਗਤਾਰ ਸਿੰਘ ਆਵਾਰਾ ਅਤੇ ਰਾਜੂਆਂ ਨੇ ਉਹਨਾਂ ਨੇ ਹਥਿਆਰ ਕਿਉਂ ਚੁੱਕਿਆ, ਮੈਂ ਤਾਂ ਉਹਨਾਂ ਦੇ ਕੋਲ ਬਹਿ ਕੇ ਸਟੋਰੀਆਂ ਸੁਣੀਆਂ, ਜੇਲ੍ਹ ਮੈਂ ਆਪ ਕੱਟੀ ਉਹਨਾਂ ਨਾਲ, ਉਹਨਾਂ ਨਾਲ ਕਿੰਨੇ ਧੱਕੇ ਹੋਏ ਆ, ਇਹ ਬਿਲਕੁਲ ਕੋਈ ਦੋ ਰਾਏ ਨਹੀਂ ਇਹਦੇ 'ਚ। ਲੇਕਿਨ ਇਹਦਾ ਮਤਲਬ ਕੇ ਪੀ ਜੀ ਇਹ ਨਹੀਂ ਆ ਵੀ ਅਸੀਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਇੱਕ ਅਲੱਗ ਸੂਬਾ ਜਾਂ ਅਲੱਗ ਸਟੇਟ ਬਣਾਈਏ, ਅਲੱਗ ਦੇਸ਼ ਬਣਾਈਏ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ, ਨਾ ਸਾਡੀ ਪਾਰਟੀ ਸਹਿਮਤ ਹੈ। ਇਸ ਕਰਕੇ ਰੈਫਰੈਂਡਮ ਨਾਲ ਸਾਨੂੰ ਇਤਰਾਜ਼ ਹੈ ਵੀ ਭਾਰਤ ਤੋਂ ਪੰਜਾਬ ਨੂੰ ਨਹੀਂ ਜੁਦਾ ਕੀਤਾ ਜਾ ਸਕਦਾ, ਪੰਜਾਬ ਨੂੰ ਤੋੜਿਆ ਨਹੀਂ ਜਾ ਸਕਦਾ, ਸਾਡਾ ਭਰੋਸਾ ਭਾਰਤ ਦੇ ਸੰਵਿਧਾਨ 'ਚ ਨੰਬਰ ਇੱਕ ਗੱਲਾਂ ਪਤਾ ਹੈਗੇ। ਡਾਕਟਰ ਢਿੱਲੋਂ ਇੱਕ ਗੱਲ ਕਹਿ ਰਹੇ ਕਿ ਡਾਇਲੋਗ ਤਾਂ ਕੀਤਾ ਜਾ ਸਕਦਾ, ਡਾਇਲੋਗ ਦੇਖੋ ਪੰਜਾਬ ਦੀ ਜਿਹੜੀ ਵੀ ਨੁਮਾਇੰਦੇ ਆ ਰਿਪ੍ਰਜੈਂਟੇਸ਼ਨ, ਚਾਹੇ SGPC ਆ, ਚਾਹੇ ਅਕਾਲੀ ਦਲ ਹੈ, ਚਾਹੇ ਦੂਸਰੇ ਵੀ ਆ,
ਜਦੋਂ ਵੀ ਸਰਕਾਰ ਕੋਲ ਟਾਈਮ ਲੈਂਦੇ ਆ ਸਰਕਾਰ ਨਾਲ ਗੱਲਬਾਤ ਕਰਦੀ ਇਹਦੇ 'ਚ ਕੋਈ ਦੋਰਾ ਨਹੀਂ ਹੁਣ ਪਿੱਛੇ ਡੈਲੀਗੇਸ਼ਨ ਮਿਲਦੇ ਰਹੇ ਆ ਪੰਜਾਬ ਦੀ ਗੱਲ ਡਾਕਟਰ ਡਾਕਟਰ ਸਾਹਿਬ ਬੜੇ ਸੀਨੀਅਰ ਆਦਮੀ ਹੈ ਸਾਡੇ ਸਕਾਲਰ ਹੈ ਕੌਮ ਦੇ ਡਾਕਟਰ ਸਾਹਿਬ ਵੀ ਪਹਿਲ ਕਰਨ ਅਸੀਂ ਨਾਲ ਚੱਲਣ ਨੂੰ ਤਿਆਰ ਹੈ ਤੁਹਾਡੇ ਡਾਕਟਰ ਸਾਹਿਬ ਜਿਹੜੇ ਕੋਈ ਪੰਜਾਬ ਦੇ ਮਸਲੇ ਜਿਹੜੇ ਤੁਹਾਨੂੰ ਲੱਗਦਾ ਹੈ ਤੁਹਾਡੀਆਂ ਕੋਈ ਚੱਲਣ ਨੂੰ ਤਿਆਰ ਹੈ 1992 ਦੇ ਵਿੱਚ ਮੇਰੀਆਂ ਕਿਤਾਬਾਂ ਛਪੀਆਂ ਹੋਈਆਂ ਵਾਈਟ ਪੇਪਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਹੀ ਲਿਖ ਕੇ ਦਿੱਤਾ ਸੀ ਆਈ ਐਮ ਦੀ ਆਥਰ ਆਫ ਦੈਟ ਮੈਂ ਤਾਂ ਤੁਹਾਡੀ ਗੱਲ ਤੋਂ ਮੈਂ ਤੇ ਆਪ ਮੇਰੇ ਨਾਲ ਗੱਲ ਕਰ ਲਵੇ ਕੋਈ ਗੱਲ ਕਰੋ ਸਰਕਾਰ ਨਾਲ ਕਿਹੜੇ ਕਿਹੜੇ ਇਸ਼ੂ ਤੇ ਅਸੀਂ ਤੁਹਾਡੀ ਮੈਂ ਤਾਂ ਤੁਸੀਂ ਪਹਿਲ ਕਰੋ ਅਸੀਂ ਨਾਲ ਜਾਣ ਨੂੰ ਤਿਆਰ ਹਾਂ ਮੈਂ ਜਾਣ ਨੂੰ ਤਿਆਰ ਹਾਂ ਤੁਹਾਡੇ ਮੈਂ ਤਾਂ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਮਿਲੀਟੈਂਸੀ ਤਾਂ ਨਹੀਂ ਹੈਗੀ ਜੰਮੂ ਕਸ਼ਮੀਰ ਦੇ ਵਿੱਚ ਕਿੰਨੀ ਮਿਲੀਟੈਂਸੀ ਹੈ ਉੱਥੇ ਹਰ ਦਿਨ ਹੋਮ ਮਿਨਿਸਟਰ ਕਹਿੰਦਾ ਅਸੀਂ ਗੱਲ ਕਰਨ ਲਈ ਤਿਆਰ ਹਾਂ ਸੀਜ਼ ਫਾਇਰ ਹੋਣਾ ਚਾਹੀਦਾ ਇੱਥੇ ਤਾਂ ਕੋਈ ਸੀਜ਼ ਫਾਇਰ ਹੈਗਾ ਠੀਕ ਜੰਗ ਸਿੰਘ ਕਰਨਾਲ ਸੇ ਪੀਰ ਮਤ ਨੇ ਇੱਕ ਗੱਲ ਪਹਿਲਾਂ ਕਹੀ ਸੀ ਕਿ ਸਿੱਖਸ ਫੋਰ ਜਸਟਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਹੈ SGPC ਵੀ ਹੈ ਸਾਰੇ ਹੈ ਜਿੱਥੇ ਵੀ ਸਿੱਖਾਂ ਦੇ ਨਾਲ ਕੋਈ ਉਨਤਾਈਆਂ ਹੋਈਆਂ ਇਹਦਾ ਨਹੀਂ ਕਿਹਾ ਉਹਨਾਂ ਦੇ ਬਿਆਨ 'ਚ ਫਰਕ ਸੀਗਾ ਇਹ ਸਿੱਖ ਕੌਮ 'ਚ ਕਹਿ ਰਹੇ ਸੀ ਸਾਰੇ ਹੈਗੇ ਸਿੱਖਸ ਫੋਰ ਜਸਟਿਸ ਦੇ ਨਾਲ ਨਹੀਂ ਕਿਹਾ ਮੈਂ ਇਹ ਗੱਲ ਕਹੀ ਹੈ ਕਿ ਸਿੱਖ ਕੌਮ ਦੇ ਵਿੱਚ ਸਾਰੀਆਂ ਜਥੇਬੰਦੀਆਂ ਆਉਂਦੀਆਂ ਨੇ ਉਹਦੇ 'ਚ ਅਕਾਲੀ ਸ਼੍ਰੋਮਣੀ ਅਕਾਲੀ ਦਲ ਕੋਈ ਅੱਜ ਦੀ ਜਥੇਬੰਦੀ 1920 ਦੀ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਇਹਨਾਂ ਨੇ ਆਪਣੇ ਜਨਰਲ ਇਜਲਾਸ ਦੇ ਵਿੱਚ ਪਾਸ ਕੀਤੇ ਮਤੇ ਆਜ਼ਾਦੀ ਦਾ ਮਤਾ ਇਹਨਾਂ ਨੇ ਆਪਣੇ ਜਨਰਲ ਨੇ ਉਹ ਗੱਲ ਉਹ ਮਤੇ ਵਾਲੀ ਗੱਲ ਜਿਹੜੀ ਕਹਿ ਰਹੇ ਹੋ ਉਸ ਦਾ ਜਵਾਬ ਦਿਓ ਤੁਸੀਂ ਜੰਗਵੀਰ ਸਿੰਘ ਜਿਹੜੀ ਮਤੇ ਵਾਲੀ ਗੱਲ ਕਹਿ ਰਹੇ ਮਤੇ ਪਾਸ ਕੀਤੇ ਮਤੇ ਪਾਸ ਕੀਤੇ ਤੁਸੀਂ ਆਪਣੇ ਇਜਲਾਸ ਦੇ ਵਿੱਚ ਤੁਹਾਨੂੰ ਕਾਪੀਆਂ ਕੱਢ ਕੇ ਦੇ ਦਿੰਦਾ ਉਹਦਾ ਜਵਾਬ ਦਿੰਦਾ ਆਪਣੇ ਇੱਕ ਸਕਾਲਰ ਸਾਹਿਬ ਬੈਠੇ ਨੇ ਜੰਗਵੀਰ ਸਿੰਘ ਉਹਦਾ ਜਵਾਬ ਦਿਓ ਤੁਸੀਂ ਦੇਖੋ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਐਲਾਨਨਾਮਾ ਕੀ ਚੀਜ਼ ਹੈ ਜੀ ਡਿਕਲੇਰੇਸ਼ਨ ਕਿ ਜਿਹੜਾ ਗੱਲ ਤਾਂ ਕਰਨ ਦੋ ਜੀ ਅੰਮ੍ਰਿਤਸਰ ਡਿਕਲੇਰੇਸ਼ਨ ਕੀ ਹੈ ਆਟੋਨੋਮੀ ਕਹਿੰਦਾ ਹੈ ਨਾ ਨੋ ਆਟੋਨੋਮੀ ਆਟੋਨੋਮੀ ਕਹਿੰਦਾ ਹੈ ਜਿੰਨੀ ਆਟੋਨੋਮੀ ਹੋ ਸਕੇ ਓਨੀ ਆਟੋਨੋਮੀ ਦੋ ਉਹਦੇ ਵਾਸਤੇ ਤਾਂ ਅਸੀਂ ਤਿਆਰ ਹੈ ਜਿਹੜੀ ਇਹ ਗੱਲ ਕਰਦੇ ਨੇ ਪੀਰ ਮੁਹੰਮਦ ਜੀ ਜਿਹੜੀ ਗੱਲ ਕਰ ਰਹੇ ਨੇ ਇਹ ਕਹਿ ਰਹੇ ਨੇ ਵੀ ਗੱਲ ਕਰੋ ਗੱਲ ਕੇ ਪੀ ਜੀ ਕਿਹਦੇ ਨਾਲ ਕੀਤੀ ਜਾਏ ਗੱਲ ਢਿੱਲੋਂ ਸਾਹਿਬ ਨਾਲ ਹੋ ਸਕਦੀ ਹੈ ਪੀਰ ਮੁਹੰਮਦ ਜੀ ਨਾਲ ਹੋ ਸਕਦੀ ਹੈ ਬਾਹਰ ਬੈਠੇ ਪੰਨੂ ਜੀ ਜਿਹੜੇ ISI ਦੇ ਨਾਲ ISI ਦਾ ਪ੍ਰੋਪਾਗੈਂਡਾ ਜਾਂ ISI ਦੇ ਪੈਸੇ ਨਾਲ ਆਪਣੀ ਸੋ ਕਾਲਡ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਸਕਦੀ ਔਰ ਕਰਨੀ ਵੀ ਨਹੀਂ ਚਾਹੀਦੀ ਔਰ ਜਿੱਦਾਂ ਪੀਰ ਮੁਹੰਮਦ ਜੀ ਦੱਸ ਰਹੇ ਨੇ ਇਹਦਾ ਤਾਂ ਮਤਲਬ ਇਹ ਹੋਇਆ ਇਹਨਾਂ ਨੂੰ ਚਾਹੀਦਾ ਸੀ ਇਸ ਚੈਨਲ 'ਚ ਆ ਕੇ ਕਹਿਣ ਕਿ ਸਾਨੂੰ ਨਨਕਾਣਾ ਸਾਹਿਬ ਦਿਓ ਬਿਲਕੁਲ ਨਾਲ ਲੱਗਦਾ ਹੈ ਇਹ ਕਹਿੰਦੇ ਵੀ ਆਪਣਾ ਗੁਰਧਾਮਾ ਸਾਡੇ ਤੋਂ ਕਰਤਾਰ ਕੋਲ ਲੰਘੇ ਦੀ ਤੁਸੀਂ ਰੋਜ਼ ਮੰਗ ਕਰਨ ਜਾਂਦੇ ਹੋ ਬਿਲਕੁਲ ਕਿ ਕਿੰਨੀ ਵਾਰੀ ਤੁਹਾਨੂੰ ਅਸੀਂ ਕਹਿੰਦੇ ਪਏ ਨਾ 10 ਸਾਲ ਹੋ ਗਏ ਨੇ ਤੁਹਾਨੂੰ ਵੀ ਕਹਿਣਾ ਚਾਹੀਦਾ ਹੈ ਤੁਹਾਨੂੰ ਕੁਲਦੀਪ ਸਿੰਘ ਜਹਿਦ ਕੁਲਦੀਪ ਸਿੰਘ ਕਹਿੰਦੇ ਦੁਨੀਆ ਤੋਂ ਤੁਹਾਨੂੰ ਵੀ ਕਹਿਣਾ ਚਾਹੀਦਾ ਹੈ ਪਰ ਇਹ ਚਾਹੁੰਦੇ ਨੇ ਵੀ ਸੈਪਰੇਟ ਸਟੇਟ ਹੋਏ ਅਸੀਂ ਸਾਰੇ ਜਿਹੜੇ ਹੋਰ ਗੁਰੂਧਾਮ ਨੇ ਨੰਦੇੜ ਸਾਹਿਬ ਨੇ ਪਟਨਾ ਸਾਹਿਬ ਨੇ ਉੱਥੇ ਵੀਜ਼ਾ ਲੈ ਕੇ ਜਾਈਏ ਇਹ ਚਾਹੁੰਦੇ ਨੇ ਮੈਂ ਸਵਾਲ ਸੌਖਾ ਕਰ ਦੇਣਾ ਤੁਹਾਡਾ ਜੰਗਵੀਰ ਸਿੰਘ ਮੈਂ ਸਵਾਲ ਇਹ ਕਰ ਦਿੰਦਾ ਕਿ ਤੁਸੀਂ ਆ ਰਹੇ ਤੁਸੀਂ ਆਪਦੇ ਆਪ ਨੂੰ ਸਿੱਖ ਹਤੈਸ਼ੀ ਤੇ ਕਹਿੰਦੇ ਹੋ ਪੰਥ ਹਤੈਸ਼ੀ ਕਹਿੰਦੇ ਹੋ ਨਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਤੁਹਾਨੂੰ ਕੋਈ ਸ਼ੱਕ ਹੈ ਨਹੀਂ ਸ਼ੱਕ ਨਹੀਂ ਮੈਂ ਤਾਂ ਸਵਾਲ ਕਰ ਰਿਹਾ ਮੈਂ ਸਵਾਲ ਮੈਨੂੰ ਇਹ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਹੁਣ ਪੰਜਾਬੀ ਪਾਰਟੀ ਵੀ ਕਹਿਣਾ ਸ਼ੁਰੂ ਕਰਤਾ ਨਾ ਸਾਰਿਆਂ ਨੇ ਮੈਂ ਤਾਂ ਸਵਾਲ ਕੀਤਾ ਸੀ ਮੈਂ ਸਵਾਲ ਇਹ ਕਰ ਰਿਹਾ ਕਿ ਜੇ ਤੁਸੀਂ ਸਿੱਖਸ ਫੋਰ ਜਸਟਿਸ ਦੀ ਹਮਾਇਤ ਵਿੱਚ ਨਹੀਂ ਖੜੇ ਸਿੱਖਾਂ ਦੀ ਹਮਾਇਤ ਵਿੱਚ ਤਾਂ ਖੜੇ ਹੋ ਕਿ ਨਹੀਂ ਖੜੇ ਸਿੱਖਾਂ ਦੇ ਇਹ ਸਿੱਖਸ ਫੋਰ ਜਸਟਿਸ ਮੈਂ ਸਿੱਖਸ ਫੋਰ ਜਸਟਿਸ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਸਰਟੀਫਿਕੇਟ ਦੇਣਗੇ ਹਾਂ ਇਹ ਤਾਂ ਨਹੀਂ ਸੀ ਇਹਨਾਂ ਤੋਂ ਨਹੀਂ ਸਰਟੀਫਿਕੇਟ ਮੰਗਿਆ ਸੀ ਕਿ ਅਸੀਂ ਸਿੱਖਾਂ ਜੇ ਇਹਨਾਂ ਦੀ ਗੱਲ ਮੰਨਦੇ ਆ ਤੇ ਸਿੱਖਾਂ ਦੇ ਮਾਇਤੀ ਜੇ ਇਹਨਾਂ ਦੀ ਨਹੀਂ ਮੰਨਦੇ ਤੇ ਸਿੱਖਾਂ ਦੇ ਮਾਇਤੀ ਨਹੀਂ ਕਿਹੜੇ ਸਿੱਖਾਂ ਦੀ ਮੰਨਦੇ ਹੋ ਫਿਰ ਤੁਸੀਂ ਕਮਾਲ ਕਰਦੇ ਹੋ ਇਹ ਜਿਹੜੇ ਸਿੱਖ ਇੱਥੇ ਰਹਿੰਦੇ ਨੇ ਉਹ ਨਹੀਂ ਚਾਹੁੰਦੇ ਜਿਹੜੇ ਇੱਥੇ ਪੰਜਾਬ ਦੇ ਸਿੱਖ ਨੇ ਪੰਜਾਬੀ ਨੇ ਉਹ ਸਿੱਖ ਇਕੱਲੇ ਨਹੀਂ ਪੰਜਾਬ 'ਚ 30-40% ਹਿੰਦੂ ਵੀ ਹੈ ਉਹ ਜਿਹੜੇ ਇੱਥੋਂ ਦੇ ਵਸਨੀਕ ਨੇ ਉਹ ਸਿੱਖਸ ਫੋਰ ਜਸਟਿਸ ਜੋ ਵੀ ਇਹਨਾਂ ਦੀ ਡਿਮਾਂਡ ਹੈ ਉਹ ਡਿਮਾਂਡ ਨੂੰ ਕੋਈ ਠੁਕਰਾਂਦੇ ਨੇ 1% ਆਦਮੀ ਨਹੀਂ ਹੈ ਜੇ ਮੈਨੂੰ ਦੱਸਣ ਪੀਰ ਮੁਹੰਮਦ ਜੀ ਦੱਸਣ ਜਿਹੜੀ ਇਨਸਾਫ ਦੀ ਗੱਲ ਕਰਦੇ ਹੋ ਤੁਸੀਂ ਛੱਡੋ ਤੁਸੀਂ ਚਲੋ ਇਹ ਗੱਲ ਕਹਿ ਸਕਦੇ ਹੋ ਕਿ ਅਸੀਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਨਾ ਇਹੀ ਗੱਲ ਮੈਂ ਕਹਿ ਰਿਹਾ ਕਿ ਸਿੱਖਸ ਫੋਰ ਜਸਟਿਸ ਦੀ ਜੋ ਡਿਮਾਂਡ ਹੈ ਉਹਦਾ ਕੋਈ ਪੰਜਾਬ 'ਚ ਮਹਿਤੀ ਨਹੀਂ ਹੈ ਇਹ ISI ਕੱਲੀ ਖਾਲਿਸਤਾਨ ਦੀ ਮੰਗ ਤੇ ਕਹਿ ਰਹੇ ਹੋ ਤੁਸੀਂ ਕੱਲੀ ਖਾਲਿਸਤਾਨ ਦੀ ਮੰਗ ਸੈਪਰੇਟ ਸਟੇਟ ਜਿਹੜੇ ਸੈਪਰੇਟ ਜੇ ਰੈਫਰੈਂਡਮ ਰੈਫਰੈਂਡਮ ਦੀ ਜਿਹੜੀ ਗੱਲ ਕਰ ਰਹੇ ਨੇ ਹਾਂ ਬਾਕੀ ਦੀਆਂ ਵਧੀਕੀਆਂ ਹੋਈਆਂ ਸਿੱਖਾਂ ਨਾਲ ਉਹਨਾਂ ਦੀ ਮੰਗ ਅਸੀਂ ਲੜ ਰਹੇ ਹਾਂ ਜੀ ਅਸੀਂ ਲੜ ਰਹੇ ਹਾਂ ਇੱਕ ਛੋਟਾ ਬ੍ਰੇਕ ਇੱਕ ਛੋਟਾ ਬ੍ਰੇਕ ਨਾਲ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਬਹੁਤ ਸਾਰੇ ਹੈ ਕਿ ਇਹ ਸਵਾਲ ਇੱਕ ਕੱਲਾ ਪੁੱਛਣਾ ਬਣਦਾ ਹੈਗਾ ਵੈਸੇ ਉਸ ਲਈ ਵਕਤ ਇੰਨਾ ਨਹੀਂ ਮਿਲੇਗਾ ਇਸ ਚਰਚਾ ਦੇ ਵਿੱਚ ਪਰ ਅਸੀਂ ਕੋਸ਼ਿਸ਼ ਕਰਾਂਗੇ ਕੱਲਾ ਸਵਾਲ ਦਾ ਜਵਾਬ ਮਿਲੇ ਕਿਉਂਕਿ ਜਿਹੜੇ ਸਵਾਲ ਵਾਰ ਵਾਰ ਪੁੱਛੇ ਜਾ ਰਹੇ ਹੈਗੇ ਆ ਜੇ ਕੌਮ ਹੈ ਜਿਹੜੀ ਉਹ ਵੰਡੀ ਹੋਈ ਨਜ਼ਰ ਆ ਰਹੀ ਹੈ ਇਸ ਕੌਮ ਨੂੰ ਵੰਡਣ ਵਾਲਾ ਹੈ ਕੌਣ ਬ੍ਰੇਕ ਤੋਂ ਵਾਪਸ
इस पूरे मुद्दे ते अपने आप नूं हमेशा अगे रखने की कोशिश विच लगी रहती है। कांग्रेस पार्टी जिहड़ी सूबा सरकार है तुहाडी, सूबा सरकार नूं हर मुद्दा लगता कि आई एस आई की साजिश हैगी है, तो तुहाडे ते इल्जाम ये लगते हैं कि जो सेंटर कहिंदा उही तुसीं कहिंदे पिओ अजकल, तुहाडा आपदा ये आकलन हैगा जां सेंटर जो कह रहे उही तुसीं कह रहे हो? देखो जिथों तक पंजाब सरकार का सवाल हैगा जी, ਇਹ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਆਈ ਐੱਸ ਆਈ ਗੱਲ ਦੀ ਜਿਹੜੀ ਹੈਗੀ ਹੈ, ਕੋਈ ਇੰਟਰਫੇਰੈਂਸ ਦੇ ਵਿੱਚ ਹੈ ਜਾਂ ਰੈਫਰੈਂਡਮ ਦੇ ਨਾਲ ਕੋਈ ਲਿੰਕ ਦੀ ਜਿਹੜੀ ਗੱਲ ਹੈਗੀ ਹੈ, ਇਹ ਸਾਰੀਆਂ ਜਿਹੜੀਆਂ ਸੈਂਟਰਲ ਗੌਰਮੈਂਟ ਦੀਆਂ ਏਜੰਸੀਜ਼ ਨੇ ਜਿਵੇਂ ਰੋ ਹੈ ਹੋਰ ਹੈਗੀਆਂ ਸਾਰੀਆਂ ਇਨਪੁੱਟਸ ਉਹ ਦਿੰਦੀਆਂ ਨੇ ਸੈਂਟਰਲ ਗੌਰਮੈਂਟ ਨੂੰ, ਜੋ ਸੈਂਟਰਲ ਗੌਰਮੈਂਟ ਜਿਹੜੀ ਹੈਗੀ ਹੈ ਸਟੇਟ ਗੌਰਮੈਂਟ ਨਾਲ ਜਿਹੜੀ ਇੰਟੈਲੀਜੈਂਸ ਨਾਲ ਸ਼ੇਅਰ ਕਰਦੀ ਹੈ। ਸਟੇਟ ਗੌਰਮੈਂਟ ਤਾਂ ਉਸੇ ਤਰ੍ਹਾਂ ਚੱਲਦੀ ਹੈ ਨਾ ਜੀ, ਸਾਰੀ ਇਨਫੋਰਮੇਸ਼ਨ ਜੋ ਹੁੰਦੀ ਹੈ ਉਹ ਉਸ ਫੀਡਬੈਕ ਦੇ ਮੁਤਾਬਕ ਹੀ ਚੱਲਦੀ ਹੈ, ਕਿਉਂਕਿ ਸਾਡੀ ਜਿਹੜੀ ਪੰਜਾਬ ਹੈਗਾ ਸੂਬਾ ਜਿਹੜਾ ਹੈਗਾ ਇਹ ਬਾਰਡਰ ਸਟੇਟ ਹੈਗੀ। ਚਲੋ ਮੈਂ ਇੱਕ ਸਵਾਲ ਤੁਹਾਨੂੰ ਕਰ ਲੈਣਾ, ਮੈਂ ਤੁਹਾਨੂੰ ਇੱਕ ਸਵਾਲ ਕਰ ਲੈਣਾ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕੈਪਟਨ ਸਾਹਿਬ ਉਸ ਸਰਕਾਰ ਨੂੰ ਸਾਂਭਦੇ ਪਏ ਆ, ਪੰਜਾਬ ਦੇ ਵਿੱਚ ਕੋਈ ਅਸ਼ਾਂਤੀ ਦਾ ਅਹਿਸਾਸ ਤੁਹਾਨੂੰ ਹੋ ਰਿਹਾ ਕਿ ਪੰਜਾਬ ਵਿੱਚ ਅਸ਼ਾਂਤੀ ਫੈਲ ਸਕਦੀ ਹੈ, ਮਾਹੌਲ ਖਰਾਬ ਹੋ ਸਕਦਾ? ਦੇਖੋ ਪਿਛਲੇ ਸਮੇਂ ਦੇ ਵਿੱਚ ਨਾ ਜੀ ਕੁਛ ਘਟਨਾਵਾਂ ਹੋਈਆਂ ਨੇ, ਕੁਛ ਕਿਲਿੰਗ ਵੀ ਹੋਈਆਂ ਨੇ, ਉਹਨਾਂ ਤੋਂ ਦੇਖ ਕੇ ਲੱਗਦਾ ਹੈ ਕਿ ਜਿਹੜੇ ਜਿਵੇਂ ਹੁਣ ਆ ਰੈਫਰੈਂਡਮ ਦੀ ਗੱਲ ਚੱਲ ਰਹੀ ਹੈ ਇਹਦੇ ਨਾਲ ਜਿਹੜਾ ਨੌਜਵਾਨ ਹੈ ਨਾ ਜੀ, ਜਿਹੜੇ ਨੌਜਵਾਨਾਂ ਨੇ ਪਹਿਲਾਂ ਸਮਾਂ ਨਹੀਂ ਦੇਖਿਆ, ਜਿਹੜਾ ਅੱਤਵਾਦ ਦੌਰ ਨਹੀਂ ਦੇਖਿਆ, ਉਹ ਕਾਲ ਸਮਾਂ ਨਹੀਂ ਦੇਖਿਆ, ਉਹ ਇੰਪਰੈਸ਼ਨੇਬਲ ਮਾਈਂਡ ਹੁੰਦਾ ਹੈ, ਉਹਨਾਂ ਨੂੰ ਪੂਰੇ ਮਸਲੇ ਜਿਹੜੀ ਹੈਗੀ ਹੈ ਇਮੋਸ਼ਨਲ ਹੁੰਦੇ ਨੇ, ਭਾਵਕ ਹੁੰਦੇ ਨੇ, ਜਦੋਂ ਉਹਨਾਂ ਨੂੰ ਪੁੱਟ ਕੀਤਾ ਜਾਂਦਾ ਕਿ ਦੇਖੋ ਜੀ ਆਪਣੇ ਇੱਦਾਂ ਦਾ ਹੋ ਰਿਹਾ ਹੈ, ਇੱਦਾਂ ਹੋ ਰਿਹਾ, ਕੁਛ ਗੱਲਾਂ ਸੱਚੀਆਂ ਹੁੰਦੀਆਂ ਨੇ, ਕੁਛ ਝੂਠੀਆਂ ਵੀ ਹੁੰਦੀਆਂ ਨੇ, ਕੁਛ ਨਾਲ ਪ੍ਰੋਪੇਗੈਂਡਾ ਵੀ ਹੁੰਦਾ ਹੈ, ਸੋ ਉਹ ਇੰਪਰੈਸ਼ਨੇਬਲ ਜਿਹੜਾ ਮਾਈਂਡ ਹੁੰਦਾ ਹੈ ਉਹ ਉਸ ਪਾਸੇ ਤੁਰ ਪੈਂਦਾ। ਨੌਜਵਾਨਾਂ ਨੂੰ ਕੰਮ ਲਾ ਦਿਓ ਨਾ ਫਿਰ, ਨਾ ਜਾਣ ਨੌਜਵਾਨ ਕਿਤੇ ਭਟਕਣ ਹੀ ਨਹੀਂ। ਹਾਂ ਮੇਰੀ ਕੰਮ ਲਾ ਦਿਓ ਨੌਜਵਾਨ ਇੱਥੇ ਇੱਥੇ ਮੈਂ ਕੁਛ ਕਹਿਣਾ ਚਾਹੁੰਦਾ। ਦੇਖੋ ਦੇਖੋ ਜਿੱਥੋਂ ਤੱਕ ਢਿੱਲੋਂ ਸਾਹਿਬ ਨੇ ਵੀ ਕਿਹਾ, ਆਪਣੇ ਪੀਰ ਮੁਹੰਮਦ ਜੀ ਨੇ ਵੀ ਕਿਹਾ ਹੈ ਕਿ ਪ੍ਰੋਬਲਮਾਂ ਹੈਗੀਆਂ ਨੇ, ਮੁਸ਼ਕਲਾਂ ਹੈਗੀਆਂ ਨੇ, ਬੇਰੁਜ਼ਗਾਰੀ ਦੀ ਮੁਸ਼ਕਲ ਹੈਗੀ ਹੈ, ਬਹੁਤ ਵੱਡੀ ਮੁਸ਼ਕਲ ਹੈਗੀ ਹੈ ਪੰਜਾਬ ਦੇ ਵਿੱਚ ਵੀ ਹੈਗੀ ਹੈ, ਜਿਹੜੀਆਂ ਵਧੀਕੀਆਂ ਦੀਆਂ ਗੱਲ ਕੀਤੀਆਂ ਇਹ ਵੀ ਇਤਿਹਾਸ ਗਵਾਹ ਹੈ, ਵਧੀਕੀਆਂ ਬਾਰੇ ਵੀ ਮੈਂ ਦੇਖੋ ਮੈਂ ਹੁਣ ਪਾਰਟੀ ਲੈਵਲ ਥੋੜ੍ਹਾ ਜਿਹਾ ਉੱਪਰ ਆਪਣਾ ਬਤੌਰ ਸਿੱਖ ਨਾਲ ਗੱਲ ਕਰ ਰਿਹਾ, ਇਹੋ ਤਾਂ ਮੈਂ ਕਹਿ ਰਿਹਾ, ਬਤੌਰ ਸਿੱਖ ਨਾਲ ਗੱਲ ਕਰ ਰਿਹਾ, ਬਤੌਰ ਸਿੱਖ ਨਾਲ ਗੱਲ ਕਰ ਰਿਹਾ, ਮੈਂ ਇੱਕ ਇਤਿਹਾਸ ਬਤੌਰ ਐਜ਼ ਏ ਹਿਊਮਨ ਬੀਇੰਗ ਗੱਲ ਕਰੋ। ਹਾਂ ਇੱਥੇ ਚਲੋ ਇਹ ਮੰਨ ਲਓ, ਇਹ ਮੰਨ ਲਓ ਕਿ ਬਤੌਰ ਹਿਊਮਨ ਬੀਇੰਗ ਮੈਂ ਗੱਲ ਕਰ ਰਿਹਾ ਕਿ ਜਿਹੜੀਆਂ ਇਹ ਇਤਿਹਾਸ ਗਵਾਹ ਹੈ, ਜੇ ਮੈਂ ਗੱਲਾਂ ਕੁਛ ਕਰਾਂ ਜਾਂ ਨਾ ਕਰਾਂ, ਜਿੰਨੀਆਂ ਹੋਈਆਂ ਨੇ ਜੋ ਜਦੋਂ ਜਿਹੜਾ ਪੰਜਾਬ ਹੈਗਾ ਜਦੋਂ ਪਾਰਟੀਸ਼ਨ ਹੋਈ ਹੈਗੀ ਹੈ, ਜਦੋਂ ਉਦੋਂ ਵਾਅਦੇ ਹੋਏ ਨੇ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਹੈ ਕਿ ਨਹਿਰੂ ਨਾਲ ਵਾਅਦਾ ਹੋਇਆ, ਇਹਦੇ ਨਾਲ ਹੋਇਆ ਜਾਂ ਸਿੱਖਾਂ ਨਾਲ ਹੋਇਆ, ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਜਿਹੜਾ ਹੋਇਆ ਉੱਥੇ ਵੀ ਇਸ ਤਰ੍ਹਾਂ ਦੇ ਕੋਈ ਬਣੇ ਸੀਗੇ, ਜਿਹੜਾ ਉੱਥੋਂ ਦੇ ਮਹਾਰਾਜਾ ਸੀਗਾ ਜਿਹੜਾ ਹਰੀ ਸਿੰਘ ਜਾ, ਉਦੋਂ ਵੀ ਇਹਨਾਂ ਦਾ ਮਖੌਟਾ ਬਣਿਆ ਸੀਗਾ, ਸੋ ਇਹ ਕੁਛ ਗੱਲਾਂ ਉਦੋਂ ਤੋਂ ਚੱਲਦੀਆਂ ਆ ਰਹੀਆਂ ਨੇ ਇਹਨਾਂ। ਲੇਕਿਨ ਮੈਂ ਜਿਹੜਾ ਅੱਜ ਜੋ ਅਸੀਂ ਨਾ ਜੀ ਟਾਈਮ ਇੰਨਾ ਗੈਪ ਨਿਕਲ ਗਿਆ ਜਿਸ ਸਟੇਜ 'ਤੇ ਆਪਾਂ ਅੱਜ ਆ ਗਏ ਹਾਂ, ਮੈਨੂੰ ਨਹੀਂ ਲੱਗਦਾ ਕਿ ਅੱਜ ਕਿਸੇ ਰਾਏਸ਼ੁਮਾਰੀ ਨਾਲ ਜਾਂ ਕਿਸੇ ਹੋਰ ਤਰ੍ਹਾਂ ਨਾਲ ਆਪਾਂ ਨੂੰ ਅਲੱਗ ਪੰਜਾਬ ਮਿਲ ਜਾਏਗਾ ਜਾਂ ਆਪਾਂ ਨੂੰ ਅਲੱਗ ਖਾਲਿਸਤਾਨ ਮਿਲ ਜਾਏਗਾ। ਕੋਈ ਵੀ ਕੰਟਰੀ ਦੁਨੀਆ ਦੇ ਵਿੱਚ ਇੱਦਾਂ ਇੱਕ ਦੇਸ਼ ਆਪਣਾ ਟੁਕੜਾ ਜਾਂ ਛੋਟਾ ਅਲੱਗ ਕਰਨ ਨੂੰ ਨਹੀਂ ਤਿਆਰ ਹੈਗਾ, ਸਾਡੇ ਗਰੀਵੈਂਸੀਆਂ ਜਿੰਨੀਆਂ ਮਰਜ਼ੀ ਹੋਣ, ਲੇਕਿਨ ਜਿਹੜਾ ਇਹ ਹੈਗਾ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਹੈ ਕਿ ਕੋਹ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਜੇ ਰਾਹ ਤੁਸੀਂ ਅਲੱਗ ਕਰਨਾ, ਮੈਂ ਦੇਖੋ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਪੰਨੂ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸਿੰਸੀਅਰ ਹੋ, ਜੇ ਤੁਸੀਂ ਸੁਹਿਰਦ ਹੋ ਕਿ ਅਸੀਂ ਪੰਜਾਬ ਤੋਂ ਇਹਨੂੰ ਅਲੱਗ ਕਰਨਾ ਹੈ, ਅਸੀਂ ਖਾਲਿਸਤਾਨ ਬਣਾਉਣਾ ਹੈ, ਤਾਂ ਪੰਜਾਬ ਆ ਕੇ ਤੁਹਾਨੂੰ ਲੜਾਈ ਲੜਨੀ ਪੈਣੀ ਹੈ। ਪੰਜਾਬ ਆਓ, ਪੰਜਾਬ ਆ ਕੇ ਲੋਕਾਂ ਨੂੰ ਕਨਵਿੰਸ ਕਰੋ, ਪੰਜਾਬ ਦੇ ਲੋਕਾਂ ਨੂੰ ਕਨਵਿੰਸ ਕਰੋ ਕਿ ਤੁਹਾਨੂੰ ਅਲੱਗ ਚਾਹੀਦਾ, ਸਾਨੂੰ ਅਲੱਗ ਚਾਹੀਦਾ, ਅਤੇ ਲੜਾਈ ਲੜੋ ਆ ਕੇ ਮੈਦਾਨ 'ਤੇ ਲੜਾਈ ਲੜ, ਜੰਗੇ ਮੈਦਾਨ ਨਹੀਂ ਲੜਨੀ ਪੈਣੀ, ਇੱਦਾਂ ਬਾਹਰ ਬੈਠ ਕੇ ਗੱਲਾਂ ਨਹੀਂ ਹੋਣੀਆਂ। ਡਟੇ ਲਓ। ਸਵਾਲ ਇੱਕ ਬਹੁਤ ਮਹੱਤਵਪੂਰਨ ਹੈਗਾ, ਪੰਜਾਬ ਰੈਫਰੈਂਡਮ 2020 ਦਾ ਜ਼ਿਕਰ ਕੀਤਾ ਜਾ ਰਿਹਾ, ਮੁਹਿੰਮ ਸਾਰੀ ਵਿਦੇਸ਼ਾਂ ਵਿੱਚ ਚੱਲ ਰਹੀ ਹੈ, ਕੀ ਹੈ ਪੰਜਾਬ ਦੇ ਵਿੱਚ ਇਹ ਰੈਫਰੈਂਡਮ ਦਾ ਰੋਡ ਮੈਪ ਹੈ ਕੀ ਹੈ? ਉਹ ਕਿਸੇ ਨੂੰ ਕੁਛ ਨਹੀਂ ਪਤਾ, ਜਿਹੜੇ ਇੱਥੇ ਮੰਗ ਕਰਦੇ ਪਏ ਆ, ਡਟੇ ਲਓ ਪੂਰਾ ਸਵਾਲ ਲੈ ਲਓ, ਜਿਹੜੇ ਇੱਥੇ ਮੰਗ ਕਰਦੇ ਪਏ ਉਹ ਕਹਿੰਦੇ ਅਸੀਂ ਵੱਖ ਹੋ ਗਏ, ਇਹ ਲੜਾਈ ਸਿਰਫ ਡਾਲਰਾਂ ਦੀ ਤਾਂ ਨਹੀਂ ਹੈ? ਡਾਲਰਾਂ ਦੀ ਇਹ ਛੋਟੇ ਲੈਵਲ ਦੀਆਂ ਗੱਲਾਂ ਹੈਗੀਆਂ, ਮੇਨ ਮੁੱਦਾ ਇਹ ਆ ਜਦੋਂ ਅਮਰਿੰਦਰ ਸਿੰਘ ਜੀ ਦੀ ਪਹਿਲੀ ਸਰਕਾਰ ਸੀ 2004 ਦੇ ਵਿੱਚ, ਉਹਨਾਂ ਨੇ ਇੱਕ ਬਿੱਲ ਪਾਸ ਕੀਤਾ ਸੀ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਆਫ 2004, ਉਹਦੀ ਕਲੋਜ਼ 5ਵੀਂ ਸੀਗੀ, ਜਿਸ ਦੇ ਉੱਤੇ ਓਬਜੈਕਸ਼ਨ ਕੀਤਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ, ਕਿਉਂਕਿ ਉਹ ਉਹਨਾਂ ਨੇ 5ਵੀਂ ਕਲੋਜ਼ 'ਚ ਕਿਹਾ ਸੀ ਜਿਹੜਾ ਪਾਣੀ ਜਾ ਰਿਹਾ ਉਹ ਜਾਣ ਦਿਓ ਔਰ ਬਾਕੀ ਦਾ ਜਿਹੜਾ ਪਾਣੀ ਆ ਉਹ ਅਸੀਂ ਉਸਨੂੰ ਉਹ ਸਾਨੂੰ ਅਧਿਕਾਰ ਦਿੱਤਾ ਜਾਵੇ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਕਿਹਨਾਂ ਨੇ ਐਗਰੀਮੈਂਟ ਕੀਤੇ ਸੀ, ਦਰਬਾਰਾ ਸਿੰਘ ਨੇ ਕੇਸ ਸੁਪਰੀਮ ਕੋਰਟ 'ਚੋਂ ਵਿਦਡਰਾ ਕੀਤਾ ਸੀਗਾ ਔਨ ਦੀ ਪ੍ਰੈਸ਼ਰ ਆਫ ਮਿਸਿਸ ਇੰਦਰਾ ਗਾਂਧੀ, ਇਟ ਇਜ਼ ਅ ਨੋਨ ਫੈਕਟ ਆਫ ਹਿਸਟਰੀ, ਨੋ ਬਡੀ ਕੈਨ ਡਿਨਾਈ ਦੈਟ। ਇਸੇ ਤਰੀਕੇ ਨਾਲ ਰਾਜੀਵ ਲੌਂਗੋਵਾਲਾ ਕਾਰਡ ਜਿਹਦੇ 'ਚ ਬੇਈਮਾਨੀ ਕੀਤੀ ਅਕਾਲੀਆਂ ਨੇ,
और जिहड़ी SYL दे उत्ते सारा मोर्चा चलिया, दरबार साहब टाया गया, हज़ारां बेगुनाह सिखां नूं मारिया गया, लखां बड़े पीसफुल मैनर दे नाल उहदे विच गए, जेलां दे विच गए, और उस तों बाद आप ही लिख के देता भी असीं SYL पट के देवांगे। ਇਹ ਇਤਿਹਾਸ ਹੈ ਸਾਡਾ। ਔਰ ਹੁਣ ਤੁਸੀਂ ਰਜ ਉਹ ਨਹੀਂ ਲੌਂਗੋਵਾਲ ਦੀ ਜਿਹੜੀ ਬਰਸੀ ਆ ਉਹ ਬੜੇ ਬੜਾ ਵੱਡਾ ਜਿਸ ਤਰ੍ਹਾਂ ਇੱਕ ਮਾਰਟਰ ਸੀ ਉਸ ਨੂੰ ਮਨਾ ਰਹੇ, ਉਹ ਧੋਖਾ ਸੀ ਬੜਾ ਵੱਡਾ ਜਿਹੜਾ ਸਿੱਖਾਂ ਨਾਲ ਕੀਤਾ ਗਿਆ। ਔਰ ਅੱਜ ਵੀ ਸਿੱਖ ਉਸ ਤੋਂ ਨਿਕਲ ਨਹੀਂ ਸਕੇ। ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ, ਦੀਜ਼ ਆਰ ਦਾ ਟੂ ਐਗਰੀਮੈਂਟਸ ਜਿਹੜੇ ਦਰਬਾਰੇ ਨੇ ਕੀਤੇ ਅਤੇ ਲੌਂਗੋਵਾਲ ਨੇ ਕੀਤਾ। ਤੋ ਉਹ ਸਿੱਖਾਂ ਦੇ ਪੰਜਾਬ ਦੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਆ। ਮੈਂ ਹੁਣ ਕਾਂਗਰਸ ਤੇ ਅਕਾਲੀ ਦਲ ਦੋਨੋਂ ਜ਼ਿੰਮੇਵਾਰ, ਦੋਨੇ ਹੀ ਜ਼ਿੰਮੇਵਾਰ, ਜਿੱਥੇ ਜੋਸ਼ੀ ਜੀ ਬੈਠੇ ਸੀਗੇ, ਮੈਂ ਉਹਨਾਂ ਨੂੰ ਅੰਕੜੇ ਦੇ ਕੇ ਸਾਰੀ ਚੀਜ਼ ਦੇ ਕੇ, ਸੰਪਲਾ ਸਾਹਿਬ ਵੀ ਬੈਠੇ ਸੀ ਉੱਥੇ, ਮੈਂ ਕਿਹਾ ਸੀ 20 ਸਾਲਾਂ ਦੇ ਅੰਦਰ ਨਾ ਸਿੱਖਾਂ ਤੋਂ ਡਿਸਇੰਟੈਗ੍ਰੇਟ ਹੋਣਾ, ਨਾ ਮੁਸਲਮਾਨਾਂ ਤੋਂ ਹੋਣਾ, ਆਪਾਂ ਪਾਣੀ ਤੋਂ ਹੋਣਾ। ਠੀਕ ਹੈ ਮਾਲਵੀ ਸਿੰਘ, ਆਪਾਂ ਇਸ ਇਸ਼ੂ ਨੂੰ ਪਾਸੇ ਰੱਖ ਕੇ ਗੱਲ ਕਰਦੇ ਹਾਂ। ਜਿਹੜੀ ਗੱਲ ਇਹਨਾਂ ਨੇ ਕੀਤੀ ਡਾਕਟਰ ਢਿੱਲੋਂ ਨੇ, ਅਸਲੀ ਮੁੱਦਾ ਪਾਣੀ ਦਾ ਹੈ। ਐਗਜ਼ੈਕਟਲੀ, ਜਿਹਦੇ ਤੇ ਅਸੀਂ ਗੱਲ ਹੀ ਨਹੀਂ ਕਰਨਾ ਚਾਹ ਰਹੇ, ਜਿਹੜੇ ਮੁੱਦਿਆਂ ਤੇ ਅਸੀਂ ਜ਼ਿਕਰ ਹੀ ਨਹੀਂ ਕਰਦੇ ਗੇ, ਉਹਨਾਂ ਤੇ ਵੰਡ ਹੋਣੀ ਹੈ। ਡਾਕਟਰ ਢਿੱਲੋਂ ਇਹ ਗੱਲ ਕਹਿ ਰਿਹਾ। ਮੈਂ ਨਾ ਜਿਹੜੀ ਗੱਲ ਉਹੀ ਕਰ ਜੰਗਵੀਰ ਜੀ ਹੋਣਾ ਜਿਹੜੀ ਗੱਲ ਕੀਤੀ ਨਾ, ਦੇਖੋ ਤੁਸੀਂ ਆਪਣੇ ਬੱਚੇ ਬਾਹਰ ਸੈੱਟ ਕਰ ਲਏ, ਤੁਸੀਂ ਆਪਣੇ ਬਿਜ਼ਨਸ ਸੈੱਟ ਕਰ ਲਏ, ਤੁਸੀਂ ਉੱਥੇ ਨਾਰੇ ਲਾਈ ਜਾਂਦੇ ਹੋ, ਉੱਥੇ ਕਾਨਫਰੰਸਾਂ ਕਰੀ ਜਾਂਦੇ। ਸਾਡੇ ਚੈਲੇਂਜਸ ਤੇ ਹੋਰ ਬਹੁਤ ਸਾਰੇ ਆ। ਅਸੀਂ ਹਿੰਦੂ ਵੀ ਇੱਥੇ ਸਾਡੇ ਸਾਥੀ ਆ, ਸਿੱਖ ਵੀ ਆ, ਮੁਸਲਮਾਨ ਵੀ ਆ, ਅਸੀਂ ਤਾਂ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ। ਹਾਂ, ਸਾਡੇ ਐਜੂਕੇਸ਼ਨ ਪ੍ਰੋਬਲਮ ਹੈ, ਪਾਣੀ ਬਹੁਤ ਵੱਡੀ ਪ੍ਰੋਬਲਮ ਹੈ। ਜੇ ਉਹ ਮੇਰੇ ਵੀਰਾਂ ਨੂੰ ਇੰਨੀ ਹਮਦਰਦੀ ਵਾਕਈ ਪੰਜਾਬ ਨਾਲ ਹੈ, ਸਿੱਖ ਫੋਰ ਜਸਟਿਸ ਵਾਲਿਆਂ ਨੂੰ, ਤੇ ਪੰਜਾਬ ਵਾਲੇ ਪਾਣੀਆਂ ਦੀ ਲੜਾਈ ਆ ਕੇ ਕਾਨੂੰਨੀ ਤਰੀਕੇ ਨਾਲ ਲੜੋ, ਇੱਥੇ ਮਦਦ ਦਿਓ, ਆਪਣੇ ਬੱਚੇ ਪੜ੍ਹਾ ਕੇ ਪੋਲਿਸੀ ਮੇਕਿੰਗ ਚ ਮਾਰੋ। ਸਿੰਘ ਉਹ ਇੱਕ ਲੋਕ ਸਾਨੂੰ ਕੋਈ ਸੋਚਦਾ, ਉਹ ਇੱਕ ਗੱਲ ਕਹਿੰਦੇ ਮਾਲਵ ਸਿੰਘ ਕੰਗ, ਕਹਿੰਦੇ ਜੇ ਅਸੀਂ ਇੱਥੇ ਆ ਗਏ ਸਾਨੂੰ ਆਂਦੇ ਅੰਦਰ ਪਾ ਦੇ। ਨਹੀਂ ਕਿਉਂ ਨਹੀਂ, ਦੇਖੋ ਮੇਰੀ ਗੱਲ ਸੁਣੋ, ਉਹਨਾਂ ਨੂੰ ਉਸ ਗੱਲ ਦਾ ਜਵਾਬ ਵੀ ਚਾਹੀਦਾ। ਜੇ ਆਪਾਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੇ ਰਾਈਟਸ ਦੀ ਗੱਲ ਕਰਨੀ ਆ, ਢਿੱਲੋਂ ਸਾਹਿਬ ਨਹੀਂ ਕਰਦੇ ਕੀ ਗੱਲ, ਇੱਥੇ ਨਹੀਂ ਰਹਿੰਦੇ, ਹੋਰ ਬਹੁਤ ਸਾਰੇ ਪਰਸਨੈਲਿਟੀਜ਼ ਹੈ ਬੜੇ ਵੱਡੇ ਪੀਰ ਮੁਹੰਮਦ ਜੀ ਬੈਠੇ ਨੇ, ਪੰਜਾਬ ਦੀ ਲੜਾਈ ਲੜ ਰਹੇ ਨੇ, ਮੁਹੰਮਦ ਸਾਹਿਬ ਕੀ ਦੀ ਲੜਾਈ ਲੜ ਰਹੇ। ਮੇਰਾ ਕਹਿਣ ਤੋਂ ਭਾਵ ਇਹ, ਮੇਰੀ ਬੇਨਤੀ ਹੈ ਸਿੱਖ ਫੋਰ ਜਸਟਿਸ ਵਾਲਿਆਂ ਨੂੰ, ਇਹ ਤੁਸੀਂ ਬਾਹਰ ਬਹਿ ਕੇ ਬਿਆਨ ਦੇ ਦੇਣੇ, ਅਖਬਾਰਾਂ 'ਚ ਆ ਜਾਣਾ, ਟੀਵੀ 'ਤੇ, ਦੇਖੋ ਸਾਡੇ ਚੈਲੇਂਜਸ, ਅਸੀਂ ਸਾਰਿਆਂ ਨਾਲ ਮਿਲ ਕੇ ਵੀ ਰਹਿਣਾ, ਔਰ ਸਾਡੀ ਲੜਾਈ ਅਸੀਂ ਆਪ ਲੜ ਰਹੇ, ਤੁਸੀਂ ਸਾਨੂੰ ਕਾਨੂੰਨੀ ਤਰੀਕੇ ਨਾਲ ਮਦਦ ਕਰੋ, ਹੋਰ ਮਦਦ ਕਰੋ, ਪਿੰਡਾਂ ਵਾਲੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਓ। ਅੱਛਾ, ਸਾਡਾ ਜਿਹੜਾ ਬ੍ਰਿਲੀਅੰਟ ਬੱਚਾ ਉਹ ਤਾਂ ਆਈਲੈਟਸ ਕਰਕੇ ਬਾਹਰ ਚਲੇ ਜਾਂਦਾ, ਉਹਨੂੰ ਕਹੋ ਯਾਰ ਤੂੰ ਜੁਡੀਸ਼ਰੀ ਦੀ ਤਿਆਰੀ ਕਰ, ਤੂੰ IAS ਦੀ ਤਿਆਰੀ ਕਰ, ਤੂੰ ਜੱਜ ਬਣ, ਉਸ ਬਣ, ਹਾਈਕੋਰਟ ਜਾ ਕੇ ਵੇਖ ਲਓ। ਪੰਜਾਬ ਯੂਨੀਵਰਸਿਟੀ ਦਾ ਸੈਨੇਟ ਦਾ ਮੈਂਬਰ ਰਿਹਾ ਮੈਂ, ਅਸੀਂ ਇੰਟਰਵਿਊ ਦੇਣ ਲੈਣ ਜਾਂਦੇ ਲੈਕਚਰਾਰਾਂ ਦੀ, ਪੰਜਾਬ 'ਚੋਂ ਕੋਈ ਬੱਚਾ ਉਹਨਾਂ 'ਚੋਂ, ਉਹਨਾਂ ਦੀ ਪਰਸੈਂਟੇਜ ਬਹੁਤ ਨਿਲ ਹੈ। ਜੰਗਵੀਰ ਸਿੰਘ, ਮਾਲਵੀ ਸਿੰਘ ਕੰਗ ਨੇ ਗੱਲ ਕਹੀ ਹੈ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕੋ ਜਿਹਾ ਹੋਇਆ, ਮੈਨੂੰ ਇੱਕ ਗੱਲ ਸਮਝ ਆਈ, 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਬਾਹਰ ਹੀ ਅੱਖ ਰੱਖੀ ਵੀ ਹੈ, ਉਹ ਸਾਡੀ ਕੁਛ ਨਹੀਂ। ਨਹੀਂ ਨਹੀਂ, ਮੇਰੀ ਗੱਲ ਨੂੰ ਤੁਸੀਂ ਗਲਤ ਲੈ, ਨਹੀਂ ਗਲਤ ਗਲਤ ਨਹੀਂ ਲੈ ਰਿਹਾ ਮਾਲਵੀ ਸਿੰਘ ਕੰਗ, ਮਾਲਵੀ ਸਿੰਘ ਕੰਗ ਇਹ ਸਾਡੇ ਸ਼ਾਮਲ ਹੈ, ਸਾਡੇ ਸੁਭਾਅ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ। ਮੇਰੀ ਉਹਨਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਆਹ ਲੜਾਈ ਪੰਜਾਬ ਨੂੰ ਵੱਖ ਕਰਨ ਦੀ ਬਜਾਏ ਪੰਜਾਬ ਇੰਡੀਆ ਸੰਵਿਧਾਨ ਦੇ ਤਰੀਕੇ ਨਾਲ ਪੰਜਾਬ ਨੂੰ ਅੱਗੇ ਵਧਾਉਣ ਦੀ ਲੜਾਈ 'ਚ ਹਿੱਸਾ ਪਾਓ, ਆਪਣਾ ਬੱਚਿਆਂ ਦੀ ਪੜ੍ਹਾਈ 'ਚ ਪਾਓ। ਜਗਵੀਰ ਸਿੰਘ, ਅਸੀਂ ਹਜੇ ਵੀ ਬਾਹਰ ਹੀ ਦੇਖਦੇ। ਨਹੀਂ ਬਿਲਕੁਲ, ਉਹ ਵੀ ਮੈਂ ਜਵਾਬ ਦੇ ਦਿੰਦਾ, ਮੈਨੂੰ ਇੱਕ ਸੈਕਿੰਡ ਹੋਰ ਦੇ ਦਿਓ। ਆਪਣਾ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਆਪਣਾ ਵੀ ਅਕਾਲੀਆਂ ਨੇ ਬੇਮਾਨੀ ਕੀਤੀ ਰਾਜੀਵ ਲੌਂਗੋਵਾਲ ਅਕਾਊਂਟ 'ਚ, ਮੈਂ ਇਹਨਾਂ ਨੂੰ ਕਰੈਕਟ ਕਰਨਾ ਚਾਹੁੰਦਾ ਕਿ ਸੈਂਟਰ ਨੇ, ਕਾਂਗਰਸ ਸਰਕਾਰ ਨੇ ਰਾਜੀਵ ਗਾਂਧੀ ਨੇ ਬੇਮਾਨੀ ਕੀਤੀ, ਔਰ ਇਹਨਾਂ ਨੇ ਅਪਸ਼ਬਦ ਬੋਲੇ ਲੌਂਗੋਵਾਲ ਜੀ ਬਾਰੇ ਵੀ, ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਵੀ ਉਹ ਕਿਹੜਾ ਮਾਰਟਰ ਸੀ, ਜੇ ਸੀ ਉਹ ਸੀ, ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਲੌਂਗੋਵਾਲ ਸੰਤ ਜੀ ਬਹੁਤ, ਉਹਨਾਂ ਨਾਲ ਵੀ ਧੋਖਾ ਹੋਇਆ, ਉਹਨਾਂ ਨਾਲ ਧੋਖਾ ਹੋਇਆ, ਉਹਨਾਂ ਨੂੰ ਬੇਇੱਜ਼ਤੀ ਕਰਨ ਦਾ ਨਹੀਂ ਚਾਹੀਦਾ ਇਹਨਾਂ ਨੂੰ। ਨਹੀਂ, ਉਹ ਤਰੀਕਾ ਇਹਨਾਂ, ਮੈਂ ਵੀ ਤੁਸੀਂ ਵੀ ਸੁਣ ਰਹੇ ਸੀ, ਮੈਂ ਵੀ ਸੁਣ ਰਿਹਾ ਸੀ, ਮੇਰਾ ਫਰਜ਼ ਬਣਦਾ ਕਿ ਇਹਨਾਂ ਨੂੰ ਮੈਂ ਟੋਕਾਂ, ਕਿਉਂਕਿ ਬਹੁਤ ਸੀਨੀਅਰ, ਇਹਨਾਂ ਨੂੰ ਨਹੀਂ ਚਾਹੀਦਾ ਸੀ ਤਾਂ। ਪਰ ਜਿਹੜੀ ਹੁਣ ਗੱਲ ਤੁਸੀਂ ਇਹ ਕੀਤੀ, ਆਪਣਾ ਕੰਗ ਸਾਹਿਬ ਨੇ ਵੀ ਗੱਲ ਕੀਤੀ ਹੈ, ਦੇਖੋ ਇਹ ਫਿਗਰਸ ਨੇ KP ਜੀ, ਇਹ ਬਿਲਕੁਲ ਗਲਤ ਹੈ ਤੁਹਾਡਾ ਇਹ ਵੀ ਕੰਟੈਂਸ਼ਨ, ਜੇ ਤੁਸੀਂ ਕਹਿੰਦੇ ਹੋ ਵੀ ਅਸੀਂ NRIs ਵੱਲ ਦੇਖ ਰਹੇ ਹਾਂ, ਉਹਨਾਂ ਦਾ ਮੂੰਹ ਦੇਖ ਰਹੇ ਹਾਂ, ਬਿਲਕੁਲ ਗਲਤ ਗੱਲ ਹੈ। ਇਹ ਨੈਸ਼ਨਲ ਫਿਗਰਸ ਨੇ, ਰਿਕਾਰਡ ਹੈ ਭਾਰਤ ਦਾ, ਕਿ ਜਿਹੜੇ ਪੰਜਾਬੀ NRIs ਨੇ ਉਹਨਾਂ ਦੀ ਪੰਜਾਬ ਦੀ ਡਿਵੈਲਪਮੈਂਟ 'ਚ, ਕਈ NRIs ਜਿਹੜੇ ਸੁਣ ਰਹੇ ਹੋਣੇ ਉਹਨਾਂ ਨੂੰ ਚੰਗਾ ਨਹੀਂ ਲੱਗਣਾ, ਪਰ ਇਹ ਫੈਕਟ ਹੈ ਕਿ ਉਹਨਾਂ ਦਾ ਜਿਹੜਾ ਰੋਲ ਹੈ ਬਹੁਤ ਘੱਟ ਹੈ। ਇਸ ਕੰਪੈਰੀਜ਼ਮ ਜਿਹੜਾ ਗੁਜਰਾਤ ਦਾ NRI ਹੈ, ਕੇਰਲਾ ਦਾ NRI ਹੈ, ਹੋਰ ਜਿਹੜੇ ਸਟੇਟਾਂ ਦੇ NRI ਨੇ, ਮੱਧ ਪ੍ਰਦੇਸ਼ ਜਾਂ ਛੱਤੀਸਗੜ੍ਹ ਦੇ NRI ਨੇ, ਉਹਨਾਂ ਦੀ ਉਹ ਸਟੇਟਸ ਦੀ ਡਿਵੈਲਪਮੈਂਟ 'ਚ ਜ਼ਿਆਦਾ ਰੋਲ ਹੈ, ਅਤੇ ਕਿਤੇ ਕਿਤੇ ਨਾ ਕਿਤੇ
ਸਾਡੇ ਐਨ ਆਰ ਆਈ ਜਿਹੜੇ ਵੀਰ ਨੇ ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਪਹਿਲੇ ਤੁਸੀਂ ਆਪਣਾ ਰੋਲ ਵਧਾਓ। ਜਿਹੜੇ ਪੰਜਾਬੀ ਐਨ ਆਰ ਆਈ ਉਹ ਫਿਰ ਕੀ ਕਰਦੇ ਆ? ਸਿਰਫ ਦੋ ਤਿੰਨ ਮਹੀਨੇ ਰਿਸ਼ਤੇਦਾਰੀਆਂ ਚ ਆਉਂਦੇ ਨੇ, ਵਿਆਹ ਸ਼ਾਦੀਆਂ ਚ ਆਉਂਦੇ ਨੇ, ਇੱਥੇ ਆ ਕੇ ਆਪਣਾ। ਮੈਂ ਤਾਂ ਇੱਥੋਂ ਤੱਕ ਮਾਫ਼ ਕਰਿਓ, ਮੈਂ ਇਹ ਵੀ ਦੱਸਦਾ ਕਿ ਮੈਂ ਸਰਕਾਰ 'ਚ ਐਡਵਾਈਜ਼ਰ ਰਿਹਾ। ਜਿਹੜੇ ਐਨ ਆਰ ਆਈ ਵੀਰ ਕਈ ਬਾਹਰੋਂ ਆਉਂਦੇ ਨੇ, ਹੋਰ ਆਉਂਦੇ ਨੇ, ਉਹ ਕਮਰੇ ਵੀ ਸਰਕਾਰ ਦੇ ਬੁੱਕ ਕਰਕੇ ਰਹਿੰਦੇ ਨੇ, ਤੇ ਇਹ ਰੋਲ ਹੁੰਦਾ ਕਿ ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਦਲ ਸਾਹਿਬ ਨੇ ਵੀ ਐਨ ਆਰ ਆਈ ਸੰਮੇਲਨ ਰੱਖੇ, ਔਰ ਇਹ ਜਿਹੜੇ ਐਨ ਆਰ ਆਈ ਸੰਮੇਲਨ ਬੜੇ ਫੇਲ ਵੀ ਹੋਏ, ਮੈਂ ਮੰਨਦਾ ਫੇਲ ਹੋਏ। ਕਿਉਂ ਫੇਲ ਹੋਏ? ਸਾਰੀ ਸਹੂਲੀਅਤ ਪ੍ਰੋਮਿਸ ਕੀਤੀ, ਸਭ ਕੁਝ ਕੀਤਾ, ਐਨ ਆਰ ਆਈ ਨੇ ਇਨਵੈਸਟਮੈਂਟ ਨਹੀਂ ਕੀਤੀ। ਐਨ ਆਰ ਆਈ ਪੋਲੀਟਿਕਸ ਕਰਕੇ ਤਿਆਰ ਨੇ, ਪੰਜਾਬ ਚ ਇਨਵੈਸਟਮੈਂਟ ਕਰਕੇ ਨਹੀਂ ਤਿਆਰ। ਚਲੋ ਠੀਕ ਹੈ, ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਆ। ਸਵਾਲ ਹੈ ਜਿਹੜੇ ਪ੍ਰਵਾਸੀ ਭਾਰਤੀਆਂ ਤੇ ਆ ਕੇ ਰੋਕਿਆ ਹੈਗਾ ਕਿ ਪ੍ਰਵਾਸੀ ਭਾਰਤੀ ਸਿਰਫ ਪੋਲੀਟਿਕਸ ਦੇ ਵਿੱਚ ਇੰਟਰਸਟ ਲੈ ਰਹੇ ਹੈਗੇ ਆ, ਜਿਹੜਾ ਇਨਵੈਸਟਮੈਂਟ ਇੱਥੇ ਕਰਨੀ ਹੈਗੀ ਆ ਜਾਂ ਇੱਥੇ ਹੋਰ ਕੰਮ ਕਰਨ ਵਾਲੇ ਹੈਗੇ ਆ, ਉਹਦੇ ਵਿੱਚ ਸਹਿਯੋਗ ਨਹੀਂ ਦੇ ਰਹੇ। ਡਾਕਟਰ ਢਿੱਲੋਂ ਤੋਂ ਆ ਕੇ ਪੁੱਛਾਂਗੇ ਜ਼ਰੂਰ। ਕਿਹੜੀਆਂ ਤਾਕਤਾਂ ਲੰਡਨ ਐਲਾਨਾਮੇ ਦੀ ਹਮਾਇਤ ਕਰ ਰਹੇ? ਡਾਕਟਰ ਢਿੱਲੋਂ, ਥਰਡ ਸੈਗਮੈਂਟ ਦੇ ਵਿੱਚ ਇੱਕ ਸਵਾਲ ਸਾਰਿਆਂ ਨੇ ਛੱਡਤਾ ਹੈਗਾ। ਸਵਾਲ ਇਹ ਹੈਗਾ ਕਿ ਸਿੱਖਸ ਫੋਰ ਜਸਟਿਸ ਦੀ ਆਲੋਚਨਾ ਕਰਦੇ ਕਰਦੇ ਅਸੀਂ ਪੂਰੇ ਪ੍ਰਵਾਸੀ ਪੰਜਾਬੀਆਂ ਨੂੰ ਇੱਕੋ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ, ਕੀ ਇਹ ਜਾਇਜ਼ ਹੈ? ਨਹੀਂ, ਇਹ ਬੜੀ ਹਰਟਿੰਗ ਅਤੇ ਇਨਸਲਟਿੰਗ ਗੱਲ ਆ। ਜਿਹੜੇ ਬਾਹਰ ਗਏ ਲੋਕ ਉਹ ਤਿੰਨ ਤਿੰਨ ਪਾਊਂਡ ਲੈ ਕੇ ਗਏ ਆ, ਦੋ ਦੋ ਡਾਲਰ ਲੈ ਕੇ ਗਏ ਆ ਉਸ ਵੇਲੇ। ਇਹ ਤਾਂ ਥੋੜ੍ਹੀ ਛੋਟੀ ਉਮਰ ਦੇ ਆ, ਮੈਨੂੰ ਇਹਨਾਂ ਗੱਲਾਂ ਦਾ ਤਜਰਬਾ ਹੈ। ਮੇਰੀ ਉਮਰ ਦੇ ਵਿੱਚ ਉਸ ਵੇਲੇ ਸਿਰਫ 3 ਪਾਊਂਡ ਜਾਂਦੇ ਸੀਗੇ ਲੈ ਕੇ ਇੰਗਲੈਂਡ ਦੇ ਵਿੱਚ, ਉਦੋਂ ਬਾਅਦ 1 ਪਾਊਂਡ ਨਹੀਂ ਸੀ ਲਿਜਾ ਸਕਦੇ। ਉਹਨਾਂ ਲੋਕਾਂ ਨੇ ਮਤਲਬ ਆਪਣਾ ਖੂਨ ਪਸੀਨਾ ਵਹਾ ਕੇ ਕਮਾਈ ਕੀਤੀ ਆ, ਔਰ ਓਨੈਸਟ ਕਮਾਈ ਕੀਤੀ ਆ, ਔਰ ਉਸ ਕਮਾਈ ਦੇ ਉੱਤੇ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ। ਔਰ ਅੱਜ ਕੀ ਹੋ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਪਿੱਛੇ ਪ੍ਰੋਪਰਟੀਆਂ ਉਹਨਾਂ ਨੂੰ ਕਬਜ਼ੇ ਕਰਾਏ ਜਾ ਰਹੇ ਆ। ਜਿਹੜੀ ਵੀ ਸਰਕਾਰ ਆ ਉਹ ਮਿਲ ਕੇ ਗੁੰਡਿਆਂ ਦੇ ਨਾਲ ਉਹਨਾਂ ਦੀ ਉਹਨਾਂ ਨੂੰ ਇਨਸਿਕਿਉਰਿਟੀ ਦਿੰਦੀ ਆ, ਕਿਉਂਕਿ ਉਹਨਾਂ ਦੀਆਂ ਇੱਥੇ ਜ਼ਮੀਨਾਂ, ਉਹਨਾਂ ਦੀਆਂ ਇੱਥੇ ਮਕਾਨ ਆ, ਹੋਰ ਪ੍ਰੋਪਰਟੀਜ਼ ਆ, ਔਰ ਉਹ ਪ੍ਰੋਪਰਟੀਜ਼ ਦੇ ਉੱਤੇ ਕਬਜ਼ਾ ਕਰਾ ਕੇ ਜਿਹੜੇ ਸਰਕਾਰ ਦੇ ਨਾਲ ਮਿਲੇ ਕਿਸੇ ਕਿਹੜੀ ਸਰਕਾਰ। ਇੱਕ ਹੋਰ ਸਵਾਲ ਮੇਰਾ ਨਾਲ ਲੈ ਲਓ ਪਲੀਜ਼, ਥੋੜਾ ਵਾਈਡ 10 ਸੈਕਿੰਡ ਮੈਨੂੰ ਦੇ ਦੇ ਇਸ ਗੱਲ ਤੇ। ਦੇਖੋ, ਇੱਕ ਕੇਪੀ ਜੀ, ਇਹ ਵੀ ਮੰਨ ਕੇ ਚੱਲੋ ਕਿ ਜਿਹੜਾ ਪੰਜਾਬ ਹੈ ਉਹ ਐਗਰੀ ਇਕਨੋਮੀ ਹੈ, ਤੁਹਾਡਾ ਮਤਲਬ ਵੀ ਜਿਹੜੀ ਸਾਡੀ 80-90% ਇਕਨੋਮੀ ਐਗਰੀਕਲਚਰ ਬੇਸਡ ਹੈ। ਇਹ ਸਾਰੇ ਪੰਜਾਬੀ ਉਹ ਬੇਈਮਾਨ ਨੇ, ਉਹ ਕਹਿੰਦੇ ਵੀ ਜਿਹੜੇ ਐਨ ਆਰ ਆਈ ਹੈ ਉਹ ਓਨੈਸਟ ਕਮਾਈ ਕਰਦਾ ਹੈ, ਜਿਹੜਾ ਇੱਥੋਂ ਦਾ ਕਿਸਾਨ ਹੈ ਉਹਦੀ ਕਮਾਈ ਬੇਈਮਾਨੀ ਨਾਲ ਹੈ। ਬਿਲਕੁਲ, ਤੁਹਾਡਾ ਮਤਲਬ ਤੁਸੀਂ ਡਿਫਰੈਂਸ਼ੀਏਟ ਕਰਨਾ ਚਾਹ ਰਹੇ ਹੋ ਕਿ ਇੱਕ ਏਦਾਂ ਨਹੀਂ ਕਰਨਾ ਚਾਹੀਦਾ, ਔਰ ਅਸੀਂ ਵੀ ਨਹੀਂ ਕਿਹਾ ਸਾਰੇ ਐਨ ਆਰ ਆਈ ਜਿਹੜਾ ਸਿੱਖ ਫੋਰ ਜਸਟਿਸ ਹੈ, ਜਿਹੜੇ ਅਸਾਈਲਮ ਲੈਣ ਗਏ ਬੱਚੇ ਗਏ ਨੇ ਉਹਨਾਂ ਨੂੰ ਮਿਸਯੂਜ਼ ਕਰ ਰਹੇ ਨੇ, ਉਹਨਾਂ ਨੂੰ ਮਗਰ ਲਾਇਆ। ਅਸੀਂ ਚਲੋ ਤੁਸੀਂ ਸਰਕਾਰ ਚ ਰਹੇ ਹੋ ਕਿ ਸਰਕਾਰ ਚ ਰਹੇ ਹੋ ਤੁਸੀਂ, ਕਿੰਨੇ 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 ਐਨ ਆਰ ਆਈ ਹੈ ਸਰਕਾਰ ਮਿਲ ਕੇ ਕਬਜ਼ਾ ਕਰਦੀ ਹੈ ਸਰਕਾਰਾਂ। ਦੇਖੋ ਜੀ, ਕੇਪੀ ਜੀ, ਤੁਸੀਂ ਉਹ ਜਰਨਲਿਸਟ, 3 ਸਾਲ ਤੁਸੀਂ ਐਨ ਆਰ ਆਈ ਸੰਮੇਲਨ ਦੇਖ ਲਏ, ਫਾਸਟ ਟਰੈਕ ਕੋਰਟਸ ਬਾਦਲ ਸਾਹਿਬ ਨੇ ਬਣਾਈਆਂ, ਔਰ ਔਨ ਦਾ ਸਪੋਟ ਕੋਸ਼ਿਸ਼ ਕੀਤੀ। ਕਿਉਂ ਇਹਨਾਂ ਦੇਖੋ ਪ੍ਰੋਫੈਸਰ ਸਾਹਿਬ, ਤੁਹਾਨੂੰ ਇਹ ਰਿਅਲਾਈਜੇਸ਼ਨ ਹੋਣੀ ਚਾਹੀਦੀ, ਤੁਸੀਂ ਬਹੁਤ ਐਕਸਪੀਰੀਅੰਸਡ ਹੋ। ਐਨ ਆਰ ਆਈ ਦੇ ਝਗੜੇ ਕਿਹਦੇ ਨਾਲ ਨੇ? ਆਪਣੀ ਫੈਮਿਲੀ ਨਾਲ, ਸਰਕਾਰ ਨਾਲ ਨਹੀਂ ਕੋਈ ਕਿਸੇ ਐਨ ਆਰ ਆਈ ਦਾ ਝਗੜਾ, ਆਪਣੀ ਫੈਮਿਲੀ ਮੈਂਬਰ ਨਾਲ ਝਗੜਾ ਹੈ। ਤੋ ਦੇਖੋ ਪਲੀਜ਼, ਇਹੋ ਜਿਹੀ ਗੱਲ ਕਰਿਆ ਕਰੋ ਜਿਹੜੀ ਲੌਜੀਕਲ ਹੋਵੇ। ਆਪਣੀ ਗੱਲ ਕਰਦੇ ਹਾਂ ਸਰ, ਫਟਾਫਟ। ਨਹੀਂ ਦੇਖੋ, ਜਿਵੇਂ ਨਾ ਜੰਗਵੀਰ ਜੀ ਨੇ ਜਾਂ ਆਪਣੇ ਬੀਜੇਪੀ ਵਾਲੇ ਮੇਰੇ ਭਰਾ ਨੇ ਕਿਹਾ ਐਨ ਆਰ ਆਈ ਦਾ ਏਦਾਂ ਨਾ ਬਦਨਾਮ ਕਰੋ ਉਹਨਾਂ ਨੂੰ। ਕਿਤਨਾ ਬਦਨਾਮ? ਕੌਣ ਬਦਨਾਮ ਕਰ ਰਿਹਾ? ਬਦਨਾਮ ਸਿੱਖ ਫੋਰ ਜਸਟਿਸ ਬਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ, ਆਪਣੀ ਐਨਰਜੀ ਕੰਸਟਰਕਟਿਵ ਵੇ ਪੰਜਾਬ ਨੂੰ ਅੱਗੇ ਲਿਜਾਣ ਚ, ਐਜੂਕੇਸ਼ਨ ਚ ਲਾ ਲਓ, ਹੈਲਥ ਚ ਲਾਓ, ਅਸੀਂ ਵੀ ਤੁਹਾਡੇ ਨਾਲ ਤਿਆਰ ਆ, ਅਸੀਂ ਤਾਂ ਇੱਥੇ ਰਹਿ ਕੇ ਸੰਘਰਸ਼ ਕਰ ਹੀ ਰਹੇ ਆ ਨਾ। ਤੁਸੀਂ ਨੰਬਰ ਬਣਾਉਣ ਬਾਰੇ ਕਾਂਗਰਸ ਕਰੋ, ਫਿਰ ਸਾਰੇ ਨੂੰ ਅਸੀਂ ਕਦੋਂ ਕਿਹਾ? ਕਰੋ ਗੱਲ, ਇਹ ਜ਼ਿਆਦਾ ਭੜਕ ਗਏ।
ਭੜਕਣ ਵਾਲੀ ਗੱਲ ਕਰੂਗੇ ਤਾਂ ਭੜਕਾਂਗੇ। ਚਲੋ ਚਲੋ, ਤੁਸੀਂ ਵੀ ਕਨੈਕਟ ਟੂ ਰੂਟ ਸ਼ੁਰੂ ਕੀਤੀ ਹੋਈ ਹੈ, ਤੁਸੀਂ ਉਹ ਚ ਕੀ ਕਰ ਰਹੇ ਹੋ? ਮੇਰੀ ਬੇਨਤੀ ਇਹ ਹੈ ਕਿ NRIs ਨੂੰ ਆਪਾਂ ਦੇਖੋ, ਉਹ ਆਪਣੇ ਭਰਾ ਨੇ, ਉਹ ਉੱਥੇ ਬੜੀਆਂ ਮਿਹਨਤੀਆਂ ਮਿਹਨਤ ਕੀਤੀ ਉਹਨਾਂ ਨੇ, ਉੱਥੇ ਜਾ ਕੇ ਬੜੇ ਬੜੇ ਕਾਮਯਾਬੀਆਂ ਵੀ ਹਾਸਲ ਕੀਤੀਆਂ ਨੇ। ਉੱਥੇ ਦੇਖੋ ਕਿੱਡੇ ਕਿੱਡੇ ਜਾ ਕੇ ਕੈਨੇਡਾ ਦੇ ਵਿੱਚ ਕੀ ਹੋਇਆ, ਅਮਰੀਕਾ 'ਚ ਕਿੱਥੇ ਕਿੱਥੇ ਪਹੁੰਚੇ ਹੋਏ ਨੇ, ਅਤੇ ਉਹ ਆਪਣਾ ਆਪਣੇ ਆਪਣੇ ਜੜ੍ਹਾਂ ਨੂੰ ਆਉਣਾ ਚਾਹੁੰਦੇ ਨੇ, ਇਹ ਵੀ ਟੁੱਟੇ ਹੋਏ ਨਹੀਂ ਹੈਗੇ, ਇਨਵੈਸਟ ਕਰਨਾ ਚਾਹੁੰਦੇ ਨੇ। ਲੇਕਿਨ ਮੈਂ ਬਤੌਰ ਵਕੀਲ ਵੀ ਦੇਖਿਆ ਕਿ ਸਾਡੇ ਕੋਲ ਕਿੰਨੇ ਕੇਸ ਆਉਂਦੇ ਨੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਮੀਨਾਂ ਲੋਕਾਂ ਨੇ ਇੱਥੇ ਕਬਜ਼ਾ ਕਰ ਲਈਆਂ ਮੈਂ ਕਿਸੇ ਸਰਕਾਰ ਨੂੰ ਬਦਨਾਮ ਨਹੀਂ ਕਰ ਰਿਹਾ, ਮੈਂ ਕਿਸੇ ਵੀ ਪਾਰਟੀਕੁਲਰ ਨੂੰ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਇੱਥੇ ਉਹਨਾਂ ਨਾਲ ਵਧੀਕੀਆਂ ਹੁੰਦੀਆਂ ਨੇ, ਉਹਨਾਂ ਦੀ ਪ੍ਰਾਪਰਟੀ ਤੇ ਉਹਦੇ ਨਾਲ ਪੋਲੀਟੀਕਲ ਸਪੋਰਟ ਜੁੜੀ ਹੁੰਦੀ ਆ, ਕਿਤੇ ਨਾ ਕਿਤੇ ਜਿਹੜੀਆਂ ਵਧੀਕੀਆਂ ਹੁੰਦੀਆਂ ਪੋਲੀਟੀਕਲ ਸਪੋਰਟ ਦੇ ਨਾਲ ਹੀ ਹੁੰਦੀਆਂ, ਬਿਨਾਂ ਪੋਲੀਟੀਕਲ ਸਪੋਰਟ ਤੋਂ ਵਧੀਕੀਆਂ ਨਹੀਂ ਹੋ ਸਕਦੀਆਂ। ਕਿਤੇ ਪੁਲਿਸ ਅਫਸਰ ਮਿਲੇ ਹੁੰਦੇ ਨੇ, ਕਿਤੇ ਪੋਲੀਟੀਕਲ ਲੀਡਰ ਮਿਲੇ ਹੁੰਦੇ ਨੇ, ਇਹ ਅਸਲੀਅਤ ਹੈ। ਆਪਾਂ ਕਿਵੇਂ ਭੁਲਾ ਸਕਦੇ, ਇਹਨੂੰ ਅੱਖਾਂ ਮੀਟ ਸਕਦੇ ਆਪਾਂ? ਆਪਾਂ ਨੂੰ ਮਾਹੌਲ, ਆਪਾਂ ਨੂੰ ਮਾਹੌਲ ਕ੍ਰੀਏਟ ਕਰਨਾ ਕਿ ਉਹ ਆ ਕੇ ਇੱਥੇ ਆਪਣੀ ਜਿਹੜੀ ਇਨਵੈਸਟਮੈਂਟ ਨੂੰ ਸੇਫ ਸਮਝਣ, ਜੇ ਸੇਫ ਸਮਝਣ ਤਾਂ ਹੀ ਕਰਨਗੇ ਨਾ ਇਨਵੈਸਟਮੈਂਟ। ਇਹ ਗੱਲ ਮੈਂ ਕਹਿਣੀ ਚਾਹੁੰਦਾ ਤੁਸੀਂ ਹੁਣ ਜਿਹੜਾ ਲੰਡਨ ਐਲਾਨਨਾਮੇ ਤੇ ਵਾਪਸ ਆ ਜੀ, ਲੰਡਨ ਐਲਾਨਨਾਮੇ ਦੀ ਗੱਲ ਇਹ ਹੋ ਰਹੀ ਹੈ ਕਿ ਲੰਡਨ ਐਲਾਨਨਾਮੇ ਤੋਂ ਬਾਅਦ ਸਾਰਾ ਕੁਝ ਤੈਅ ਹੋ ਜਾਵੇਗਾ ਕਿਸ ਤਰੀਕੇ ਸਾਰਾ ਕੁਝ ਹੋਣਾ। ਸਵਾਲ ਇਹ ਹੈਗਾ ਕਿ ਰੈਫਰੈਂਡਮ ਜੇ ਪੰਜਾਬ ਬਾਰੇ ਕਰ ਰਹੇ ਹੈਗੇ ਆ, ਇੱਥੇ ਪੰਜਾਬੀ ਤਾਂ ਕਿਸੇ ਨੂੰ ਨਹੀਂ ਪਤਾ ਕਿਵੇਂ ਹੋ ਰਿਹਾ ਕੀ ਨਹੀਂ ਹੋ ਰਿਹਾ ਗਾ, ਕਿਸੇ ਨੂੰ ਕੁਝ ਨਹੀਂ ਪਤਾ ਗਾ, ਇਹ ਕਿਹੜਾ ਰੈਫਰੈਂਡਮ ਹੈ ਕਿ ਐਵੇਂ ਰਾਜਨੀਤੀ ਰੋਲਾ ਪਾ ਕੇ ਬੈਠੇ ਹੋਏ ਹਾਂ ਅਸੀਂ ਲੋਕ? ਦੇਖੋ ਅਸਲ ਮੁੱਦੇ ਦੀ ਕੋਈ ਗੱਲ ਹੀ ਨਾ ਹੋ। ਦੇਖੋ ਪਤਾ ਕੀ ਹੈ, ਜਿੱਥੇ ਅੱਗ ਲੱਗਦੀ ਧੂੰਆਂ ਉੱਥੋਂ ਹੀ ਉੱਠਦਾ। ਪੰਜਾਬ ਦੀ ਧਰਤੀ ਦੇ ਉੱਪਰ ਇੰਨਾ ਕੁਝ ਵਾਪਰ ਚੁੱਕਾ 1947 ਤੋਂ ਬਾਅਦ। ਈਸਟ ਇੰਡੀਆ ਕੰਪਨੀ ਇੱਥੇ ਆਈ ਸੀ, ਉਹ ਮੁੜ ਕੇ ਅੰਗਰੇਜ਼ ਆ ਗਏ, ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਇੰਡੀਅਨ ਨੂੰ ਉਸ ਵੇਲੇ ਕੀ ਪ੍ਰੋਬਲਮ ਸੀ ਕਿ ਉਹਨਾਂ ਨੇ ਆਜ਼ਾਦੀ ਵਾਸਤੇ ਇੰਨੀ ਵੱਡੀ ਲੜਾਈ ਲੜੀ, ਇੰਨਾ ਕੁਝ ਕੀਤਾ, ਕਿੰਨਾ 1857 ਦੇ ਗਦਰ ਤੋਂ ਲੈ ਕੇ ਅਤੇ 1947 ਦਾ ਇੱਕ ਕਿੰਨਾ ਟਾਈਮ ਹੈ ਜਿਸ ਦੇ ਵਿੱਚ ਕਿੰਨੀਆਂ ਮੂਵਮੈਂਟ ਚੱਲੀਆਂ। ਮਹਾਤਮਾ ਗਾਂਧੀ ਨੇ ਆਪਣੀ ਲੜਾਈ ਲੜੀ, ਸ਼ਹੀਦ ਭਗਤ ਸਿੰਘ ਨੇ ਆਪਣੀ ਲੜਾਈ ਲੜੀ, ਸ਼ਹੀਦ ਊਧਮ ਸਿੰਘ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਮੈਂ ਇਹ ਗੱਲ ਕਹਿੰਦਾ ਕਿ ਕੋਈ ਗੱਲ ਨਹੀਂ, ਗੱਲ ਇਹ ਆ ਕਿ ਉਹ ਇੱਕ ਮੁੱਦਿਆਂ ਦੀ ਗੱਲ ਜਿਹੜੀ ਕਰ ਰਹੇ ਆ, ਉਹ ਮੁੱਦੇ ਠੀਕ ਕਰਦੇ ਇੰਡੀਅਨ ਗਵਰਨਮੈਂਟ। ਅੱਜ ਸਾਡੇ ਸਾਹਮਣੇ 34 ਸਾਲ ਦਾ ਤੁਸੀਂ ਦੇਖੋ, ਸਾਡੀਆਂ ਮੇਰੀ ਗੱਲ ਸੁਣੋ, ਗੱਲ ਸੁਣੋ, ਇੰਡੀਅਨ ਗਵਰਨਮੈਂਟ ਮੰਨ ਜੂਗੀ, ਆਪਣੇ ਫੈਸਲੇ ਕਰਦੀਆਂ ਨੇ ਨਾ। ਸਿੱਖ ਕੌਮ ਅਜੇ ਆਪ ਆਪਣੇ ਫੈਸਲਿਆਂ ਦੇ ਵਿੱਚ, ਅਸੀਂ ਸਾਰੇ ਵਿੱਚ, ਤੁਸੀਂ ਸਿੰਘ ਨਾਮ ਵਾਲੇ ਹੀ ਆ ਸਾਰੇ, ਪੰਜਾਬ ਦੀ ਧਰਤੀ ਦੇ ਜਾਏ ਆ, ਸਿੱਖ ਘਰਾਣਿਆਂ ਨਾਲ ਹੀ ਜਨਮੇ ਹੋਏ ਆ। ਲੇਕਿਨ ਅੱਜ ਸਾਡੇ ਜਿਹੜੇ ਆ ਆਪਣੇ ਆਪਣੇ ਓਪੀਨੀਅਨ ਨੇ, ਆਪਣੀ ਆਪਣੀ ਸੋਚ ਹੈ, ਆਪਣੇ ਆਪਣੇ ਢੰਗ ਤਰੀਕੇ ਨੇ। ਇੱਕ ਦਿਨ ਜਦੋਂ ਅਸੀਂ ਇਸ ਮਸਲੇ ਦੇ ਉੱਪਰ ਖੜ੍ਹੇ ਹੋ ਗਏ ਸਾਰੇ ਇਕੱਠੇ ਹੋ ਕੇ, ਕਿਉਂਕਿ ਮਨੁੱਖ ਇੱਕ ਵਾਰ ਪੈਦਾ ਹੁੰਦਾ, ਵਾਰ ਵਾਰ ਪੈਦਾ ਨਹੀਂ ਹੁੰਦਾ। ਜਦੋਂ ਮਨੁੱਖ ਪੈਦਾ ਹੁੰਦਾ ਤਾਂ ਉਹਦੀ ਸਵੈਮਾਨ ਵੀ ਉਹਦੇ ਕੋਲ ਹੁੰਦਾ, ਉਹਦੀ ਕੌਂਸ਼ੀਅਸ ਜਦੋਂ ਕਿਸ ਕਿੱਥੋਂ ਤੱਕ ਅਲਾਓ ਕਰੇਗੀ। ਅੱਜ ਤੁਹਾਡੇ ਸਾਹਮਣੇ ਜਿਹੜਾ ਐਡਾ ਜ਼ਬਰ ਅਤੇ ਜ਼ੁਲਮ ਹੋਇਆ, ਇੰਨਾ ਤਸ਼ੱਦਦ ਹੋਇਆ, ਇੰਨਾ ਸਾਡੀ ਲੁੱਟ ਖੋ ਹੋਈ ਹੈ, ਪ੍ਰੋਫੈਸਰ ਸਾਹਿਬ ਤੁਹਾਨੂੰ ਅੰਕੜੇ ਦੱਸ ਰਹੇ ਨੇ ਕਿ ਸਾਡਾ ਜਦੋਂ ਪਾਣੀ ਨਾ ਰਿਹਾ, ਜਿਹੜਾ ਤੁਸੀਂ ਪੀ ਕੇ ਜ਼ਿੰਦਗੀ ਜਿਉਣੀ ਹੈ, ਉਹ ਚਾਹੇ ਅਕਾਲੀ ਪੀਣ, ਚਾਹੇ BJP ਵਾਲੇ ਪੀਣ, ਚਾਹੇ ਕਾਂਗਰਸੀ ਪੀਣ, ਪਾਣੀ ਪੀ ਕੇ ਹੀ ਜਿਉਂਗੇ ਤੁਸੀਂ। ਪਾਣੀ ਤੋਂ ਬਗੈਰ ਤੁਹਾਡਾ ਕਿਵੇਂ ਗੁਜ਼ਾਰਾ ਹੋ ਜਾਏਗਾ? ਤੁਹਾਡਾ ਸਾਰਾ ਕੁਝ ਲੁੱਟਿਆ ਗਿਆ ਪੰਜਾਬ ਦੇ ਵਿੱਚ ਇਸ ਵਕਤ, ਪੰਜਾਬ ਦੇ ਵਿੱਚ ਇਸ ਵਕਤ, ਪੰਜਾਬ ਦੇ ਵਿੱਚ ਸਾਡਾ ਰੋਟੀ ਕੱਪੜਾ ਤੇ ਮਕਾਨ, ਰੋਟੀ ਕੱਪੜਾ ਤੇ ਮਕਾਨ ਤਿੰਨ ਚੀਜ਼ਾਂ ਹੁੰਦੀਆਂ ਮਨੁੱਖ ਵਾਸਤੇ, ਤੇ ਪੰਜਾਬੀ ਜਿਹੜੇ ਆਪਣੇ ਸਵੈਮਾਨ ਵਾਸਤੇ ਭੀਖ ਨਹੀਂ ਮੰਗਦੇ ਕਿਸੇ ਕੋਲੋਂ, ਦਿੰਦੇ ਆ। ਲੇਕਿਨ ਸਾਨੂੰ ਅੱਜ ਭਖਾਰੀ ਬਣਾਉਣ ਦੀ ਕੋਸ਼ਿਸ਼, ਇਸ ਨੂੰ ਸਵੈਮਾਨ ਦੀ ਲੜਾਈ ਮੰਨ ਰਹੇ ਹੋ? ਬਿਲਕੁਲ ਸਵੈਮਾਨ ਦੀ ਲੜਾਈ, ਸਵੈਮਾਨ ਦੀ ਲੜਾਈ ਮੰਨੀ ਜਾ ਰਹੀ ਹੈ ਤੇ ISI ਦੀ ਸਾਜ਼ਿਸ਼ ਕਹੀ ਜਾ ਰਹੀ ਹੈ। ISI ਦੀ ਸਾਜ਼ਿਸ਼ ਹੈ, ਮੈਂ ਤੁਹਾਨੂੰ ਰਾਹ ਦਾ ਏਜੰਟ ਕਹਿ ਦਿਆਂ, ਇਹਨਾਂ ਨੂੰ ਕਹਿ ਦਿਆਂ, ਇਹਨਾਂ ਨੂੰ ਗੁੱਸਾ ਲੱਗੇਗਾ। ਰਾਹ ਕਿਹਨੇ ਬਣਾਈ? ਭਾਰਤ ਸਰਕਾਰ ਨੇ ਬਣਾਈ ਹੈ, ਪਾਕਿਸਤਾਨ ਨੇ ISI ਬਣਾਈ ਹੈ, ਇਹ ਜਿਹੜੀਆਂ ਉਹ ਉੱਥੇ CIA ਬਣਾਇਆ, ਬੜਾ ਸੌਖਾ, ਇਹ ਜਿਹੜੀਆਂ ਬੜਾ ਐਲੀਗੇਸ਼ਨ ਦੀ ਰਾਜ, ਬੜਾ ਸੌਖਾ ਕਹਿਣਾ, ਹਾਂ ਕਹਿਣਾ ਸੌਖਾ। ਮੈਂ ਤੁਸੀਂ ਇੱਕ ਕੁਐਸਚਨ ਰੇਜ਼ ਕੀਤਾ, ਪੇਸ਼ੈਂਟਲੀ ਸੁਣ ਲੈਣਾ। ਇਹਨਾਂ ਨੇ ਬਹੁਤ ਓਬਜੈਕਟ ਕੀਤਾ ਕਿ ਪਾਣੀ ਦੀ ਲੜਾਈ ਆ, ਹਾਂ ਪਾਣੀ ਦੀ ਹੀ ਲੜਾਈ ਹੈ, ਸਮਝ ਲਓ ਇਸ ਗੱਲ, ਸਮਝ ਲਓ। SFJ ਵੀ ਸਮਝ ਜਾਏ ਨਾ, SFJ ਵੀ ਸਮਝ ਜਾਏ। ਮੈਂ ਤੁਸੀਂ ਮੈਂ ਆਪਾਂ ਤਾਂ ਇੱਥੇ ਬੈਠੇ ਹਾਂ, ਤੁਸੀਂ ਉਹ ਨਹੀਂ ਸਮਝਦੇ, ਉਹ ਕਿੱਥੇ ਸਮਝ ਜਾਣਗੇ, ਉਹ ਤਾਂ ਹਜ਼ਾਰਾਂ ਮੀਲ ਬੈਠੇ ਨੇ। ਉਹਨਾਂ ਨੇ ਪਾਣੀ ਦੀ ਲੜਾਈ ਨਹੀਂ ਬਣਾਈ, ਸੁਣ ਲਓ ਗੱਲ, ਉਹਨਾਂ ਨੂੰ ਮੌਕਾ ਹੀ ਨਾ ਦੇਈਏ, ਸੁਣ ਲਓ ਗੱਲ, ਆਪਾਂ ਆਪਣੀ ਲੜਾਈ ਦਾ ਕੇਂਦਰ ਹੋਈ ਹੈ, ਹੈ ਪੇਸ਼ੈਂਸ, ਸੁਣ ਲਓ, ਸੱਚ ਸੱਚ ਬੋਲੋ ਮੇਰੀ ਬੇਨਤੀ, ਸੱਚ ਸੁਣ ਲਓ। ਮੈਂ ਇਹ ਕਿਹਾ ਜੀ ਇਹ ਕਹਿ ਰਹੇ ਪਾਣੀ ਦੇ ਰੈਫਰੈਂਡਮ ਕਰ ਲਓ, ਫਿਰ ਇਹੀ ਕਹਿ ਰਹੇ ਉਹਨਾਂ ਦੇ ਐਕਚੁਅਲ ਮੁੱਦੇ ਜਿਹੜੇ ਪੰਜਾਬ ਤੇ ਉਹਨਾਂ ਦੇ ਕਰੋ ਰੈਫਰੈਂਡਮ। ਸੁਣ ਲਓ ਗੱਲ, UNO ਦੀ 1992 ਦੀ
एक फाइंडिंग है और बहुत इंपॉर्टेंट है, मैं कोट की भी है, जो वाइट पेपर मैं लिखा सी श्रोमणी गुरुद्वारा प्रबंधक, द बेसिस ऑफ फ्यूचर वॉर्स अमंगस द नेशंस वुड बी ए पोर्टेबल वाटर नॉट ऑयल। आने वाली कौमां दी लड़ाइयां का आधार है जोड़ा वो साफ पानी पीण योग ते खेती योग नूं पोर्टेबल वाटर कहिंदे अंग्रेजी च, वो होएगा, वो गल रियलिटी है, उस रियलिटी नूं आपां नूं एक्सेप्ट करना चाहिए। ते लड़ाई बहुत दूर नहीं है कोई। हाँ, मैं नेड़े आने वाली है। मैं तो थोनूं दस रहा ये लड़ाई तो हुण 10-20 सालां विच उन्हूं समझण दी कोशिश करो, मैं चला चला के कह रहा हाँ। जंगवीर जी सुनो, एक मिनट जंगवीर जी, ये लड़ाई पानी दी रखो, कांग्रेस ने भी पंजाब नूं बिट्रे कीता और अकालिया ने भी पंजाब नूं बिट्रे कीता। अकाली जोर ला के मुरारजी देसाई दे राही सुप्रीम कोर्ट दे कोल लैके गए फैसला, भी सुप्रीम कोर्ट फैसला करदे, हिंदुस्तान दा जो विधान आ उहदे मुताबक फैसला करदे। तां सुप्रीम कोर्ट दे विच केस चल रहा सी, तां इंदिरा गांधी ने दरबारा सिंह ते प्रेशर पाया भी केस विदड्रा कर ला, मैं तैनूं अवार्ड दिन्नी आ। मेरी गल समझे, थोड़ा मतलब सिखां दे नाल किस किस्म दी बिट्रेल हुई, अनहर्ड ऑफ इन दी हिस्ट्री ऑफ मैनकाइंड। अच्छा नेता सुनो, सुनता लो, सुपाल खैरा उन्होंने पंजाब दी मंगा दी गल कीती तो उन्होंने लाके पासे कर दिता। आज केजरीवाल नहीं मुद्दा नहीं है, मुद्दा नहीं आज नहीं बोलेंगे, मुद्दा नहीं आज पानी नहीं पानी सुपाल खैरा नु वेच ले आ रिया, सुपाल खैरा नु वेच ले आ रिया, सुपाल खैरा कांग्रेस ही ओदो की कीता उन्होंने। देखो ए पीर मसाब, तुसी नहीं, तुसी इस नु सपोर्ट नहीं कर सकदे, इस इस तरह नहीं आता, ये तो प्योरली सियासत है। सुन लो, हां जी, तू अपने एजेंडा दे सहित कर रहे हो गल। ता ओ दोनों प्रधान सी प्रदेश कांग्रेस कमेटी दा दरबारा सिंह ते नाले चीफ मिनिस्टर सी पंजाब दा, उसने पहला ना नुकर कीती तो उसने उसनू प्रधानगी तो पिछे हटाता, तो उस तो बाद उसने कहा भी मैनू चीफ मिनिस्टरी तो भी जाना पऊ, उस वेले उसने केस विड्रा कर लिया। जंगवीर सिंह जी मोर्चा चलिया, फिर धर्म युद्ध मोर्चे च कन्वर्ट होया, फिर दरबार साहब ते अटैक होया, लखां बेगुनाह सिखां दा भारत होया, उस तो बाद राजीव लौंगोवाल कोड़ा अकॉर्ड होया 1985 दे विच, जिस दे उत्ते साइन किहदे हुंदे आ, संत हरचंद सिंह लौंगोवाल दे, जेड़ा के बिल्कुल डिसक्रेडिट हो चुका सी उस वेले, मैं दावे नाल कहना, तो ओ उस नूं कैद चो कट के कहा आ जा तैनूं असीं लीडर बनाउने आ, तां उत्थे लड्डू वंडे गए, पेड़े वंडे गए, रसगुल्ले वंडे गए, जिहदे च प्रकाश सिंह बादल ने भी खाधे, टोड़े ने भी खाधे, लौंगोवाल ने भी खाधे, और उसे इवेंस दे विच बादल साहब ने तो अपने आप नु डिस्टेंस कर लिया सी। डॉक्टर लो आखिरी सवाल जवाब दो, मैं डॉक्टर लो डॉक्टर लो आखिरी सवाल जवाब दो, तुसी ए रेफरेंडम दे सुन लो, उस रेस दे विच ओ चा पलूसी दी रेस दे विच बरनाला के बच गया, बरनाला के बच गया, उस नु चीफ मिनिस्टरशिप मिल गई, उस नु चीफ मिनिस्टर मिली, और मरदे दम तक को गवर्नर रखा गया, क्यों? क्योंकि उसने पंजाब दे पानियां दी लुट जड़ी सी उस दे ते साइन करवाए सी लौंगोवाल तो। चलो बहुत धन्यवाद डॉक्टर ढिल्लो, तुहाडा मालवीन सिंह कंग, तुहाडा सरजीत सिंह सोए, तुहाडा जंगवीर सिंह, तुहाडा कन्ना सिंह पीरमो, तुहाडा सारा मेहमानां दा बहुत धन्यवाद करदे हां, इन्हां ने संजीदा चर्चा दे विच पार्टिसिपेट कीता हैगा, बहुत सारे मुद्दे हैगे जिन्हां ते चर्चा करनी बनदी हैगी आ, कल्ला ऐलाननामा नहीं, ऐलाननामे जिहड़े पहलां होए आ उहनां ते चर्चा क्यों नहीं कीती जाती, उहनां ते कल्ली सियासत क्यों कीती जाती है, वोटां क्यों बटोरियां जातियां, उहनां ऐलाननामियां दी गल कौन करेगा, लंडन ऐलाननामे विच कौन पिछे हैगा, इस दा खुलासा भी हो जाएगा, लंडन ऐलाननामे विच होएगा की इस दा भी पता लग जाएगा, पर पंजाब दे मुद्दियां दा की होएगा, इस दा कदों पता लगेगा, मैनूं नहीं पता। बहुत धन्यवाद।